ਨਾਮ ਵਾਹਿਗੁਰੂ ਸਾਹਿਬ ਜੀਓ ਸਗਲ ਗੁਨਾ ਕੀ ਦਾਤੇ ਸੁਆਮੀ ਬਿਨਉ ਸੁਨੂ ਇਕ ਤੀਨਾ ਦੇਹੁ ਦਰਸ ਨਾਨਕ ਬਨਹਾਰੀ ਜੀੜਾ ਬਲ ਬਲ ਕੀਨਾ ਮੈਂ ਨਹੀਂ ਕਸ਼ ਹਉ ਨਹੀਂ ਕਸ਼ ਆਹੀ ਨਾ ਮੁਰਾ ਔਸਰ ਲਜਾ ਰਖ ਲੋ ਸਜਨਾ ਤਨ ਤੋਰਾ ਤੇਰੇ ਕਵਨ ਕਵਨ ਕੁਣ ਕੈ ਕਾਮ ਤੂੰ ਸਾਹਿਬ ਕੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੂ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਵਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜ ਮਿਲ ਬੈਠੇ ਸਤ ਸੰਗੀ ਪਿਆਰ ਵਾਲਿਓ ਦੇਵ ਅਸੀਸਾਂ ਅਤਿਵ ਸਤਕਾਰ ਨਾਲ ਗੁਰੂ ਫਤਿਹ ਜੀ ਸਾਂਝ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸ ਤੁਹਾਡੇ ਨਾਲ ਬੇਨਤੀ ਕਰਨੀ ਚਾਹੁੰਦਾ ਹੈ ਗੁਰਮਤ ਦਾ ਸਿਧਾਂਤ ਕੀ ਹੈ ਨਹੀਂ ਸਾਨੂੰ ਇਸ 84 ਦੇ ਕਤਲੇਆਮ ਦੀ ਸਮਝ ਨਹੀਂ ਲੱਗੇਗੀ ਸਿੱਖੀ ਜਿਹੜੀ ਹੈ ਨਾ ਉਹ ਰਾਜ ਮੰਗਦੀ ਹੈ ਇਸ ਗੱਲ ਵਿੱਚ ਕੋਈ ਦੋਰਾਮਾ ਨਹੀਂ ਪਰ ਸਿੱਖੀ ਰਾਜ ਤੋਂ ਪਹਿਲਾਂ ਇੱਕ ਗੱਲ ਸਪਸ਼ਟ ਕਰਦੀ ਹੈ ਵੀ ਸਾਡਾ ਰਾਜ ਕਿਹੋ ਜਿਹਾ ਹੋਏਗਾ ਅੰਮ੍ਰਿਤ ਬਣੀ ਦਾ ਸ਼ਬਦ ਪੜਦੇ ਹੋ ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਧੋ ਨਹੀ ਟਿਠਾਉ ਨਾ ਤਸਵੀਰ ਖਿਰਾਸ ਨਾ ਮਾਲ ਖੋਫ ਨਾ ਖਤਾ ਨੈ ਤਰਸ ਜਵਾਲੋ ਇੱਕ ਇਹੋ ਜਿਹਾ ਰਾਜ ਹੋਵੇ ਜਿੱਥੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਡਰ ਨਾ ਹੋਵੇ ਕੋਈ ਜਾਤ ਬਰਾਦਰੀ ਦੇ ਨਾਂ ਤੇ ਕੋਈ ਅਮੀਰ ਗਰੀਬ ਦੇ ਨਾਂ ਤੇ ਕੋਈ ਕਿਸੇ ਧਰਮ ਦੇ ਨਾਂ ਤੇ ਵੰਡੀਆਂ ਨਾ ਪਾਉਂਦਾ ਹੋਵੇ ਇਕ ਇਹੋ ਜਿਹਾ ਰਾਜ ਬਣ ਜਾਏ ਜਿੱਥੇ ਆਪਾਂ ਕਹਿ ਸਕਦੇ ਹੋਈਏ ਇੱਕ ਪਿਤਾ ਇੱਕ ਅਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਇੱਕ ਦੀ ਕਹਾਣੀ ਹੋ ਜਾਏ ਕੋਈ ਦੂਜਾ ਨਜ਼ਰ ਨਾ ਆਵੇ ਸਿੱਖੀ ਇਹ ਚਾਹੁੰਦੀ ਵੀ ਇੱਕ ਰਾਸ਼ਟਰੀ ਗੀਤ ਹੋਵੇ ਸਾਡਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਸਿੱਖੀ ਚਾਹੁੰਦੀ ਵੀ ਕਿਹੋ ਜਿਹਾ ਰਾਜ ਹੋਵੇ ਸਾਡਾ ਜਿੱਤੇ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਾਈ ਸਿੱਖੀ ਦੇ ਵਿਚਾਰਤਾ ਦਾ ਸਿਰਗੁਰੂ ਅੰਸਾ ਮਹਾਰਾਜ ਜੀ ਦੀ ਇਥੇ ਪਰਕਾਰਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੀਤ ਇਹ ਗੁਰਮਤ ਦਾ ਸਿਧਾਂਤ ਹੈ ਸਿਰਗੁਰੂ ਅੰਸਾ ਮਹਾਰਾਜ ਜੀ ਦਾ ਸਿਧਾਂਤ ਹੈ ਔਰ ਇਹਦੇ ਮੂਲ ਮੰਤਰ ਵਿੱਚ ਹੀ ਨਿਰਵੈਰਤਾ ਦਾ ਸਬਕ ਪੜਾ ਦਿੱਤਾ ਜਾਂਦਾ ਹੈ ਸ਼ਿਕ ਨਿਰਵੈਰ ਹੈ ਵੈਰ ਨਹੀਂ ਕਰਦਾ ਫਿਰ ਅਰਜ਼ ਕਰਾਂ ਇੱਕ ਵਾਰੀ ਤਵਜੋ ਦਿਓ ਸਿੱਖੀ ਦੇ ਅੰਦਰ ਅਰਦਾਸ ਵੀ ਹੋਈ ਹੈ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿਤੈ ਲਿਹੁ ਉਬਾਰ ਸਿੱਖੀ ਅਰਦਾਸ ਹੈ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੁਛ ਉਪਾਏ ਦੁਖ ਦਾਲਦ ਭੰਨ ਧਰ ਕਿਰਪਾ ਤੁ ਸਾਰੇ ਜੀਵਾਂ ਦੀ ਸੰਭਾਲ ਕਰ ਕਿਉਂਕਿ ਜਿਸ ਦਿਨ ਸਿੱਖੀ ਦੀ ਆਰੰਭਤਾ ਮੈਂ ਫਿਰ ਬੇਨਤੀ ਕਰਦੀ ਆ ਤਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਛੜ ਦੇ ਬਲ ਦੇ ਸੰਸਾਰ ਨੂੰ ਵੇਖਿਆ ਸੀ ਉਦੋਂ ਕੇਵਲ ਸਿੱਖਾਂ ਦੇ ਘਰ ਨਹੀਂ ਸਨ ਵੇਖੇ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਥਮੀ ਜਦਸ ਆਈ ਬਾਜੋਂ ਗੁਰੂ ਗੁਬਾਰ ਹੈ ਹਾਏ ਹੇ ਕਰਦੀ ਸੁਣੀ ਲੋਕਾਈ ਬਾਬੇ ਭੇਖ ਬਣਾਇਆ ਉਹ ਦਾਰਸੀ ਕੀ ਰੀਤ ਚਲਾਈ ਚੜਿਆ ਸੋਧਣ ਧਰ ਤੋਂ ਲੋਕਾਈ ਇਹ ਸਿਰਫ ਇਤਨੀ ਆਰਥਾਂ ਤੁਹਾਡੇ ਨਾਲ ਤਾਂ ਸਾਂਝੀਆਂ ਕੀਤੀਆਂ ਨੇ ਮਤਾਂ ਕਿਸੇ ਦੇ ਮਨ ਵਿੱਚ ਇਹ ਭੁਲੇਖਾ ਹੋਵੇ ਵੀ ਸਿੱਖੀ ਕਿਸੇ ਹਾਕਮੀ ਵਰਤੀ ਦੀ ਭੁਖੀ ਹੈ ਨਹੀਂ ਸਿੱਖੀ ਤੇ ਉਹ ਜਿਹਦੇ ਜਥੇਦਾਰ ਵੀ ਘੋੜਿਆਂ ਦੀ ਲਿੱਦ ਚੁੱਕਦੇ ਨੇ ਸਿੱਖੀ ਤੇ ਉਹ ਜਿਹਦੇ ਜਥੇਦਾਰ ਵੀ ਲੰਗਰਾਂ ਚ ਸੇਵਾ ਕਰਦੇ ਨੇ ਗੱਲ ਮੈਂ ਅਕੀ ਤੋਰ ਨਹੀਂ ਚਾਹਣਾ ਇੱਕ ਕੁਦਰਤੀ ਗੱਲ ਹੈ ਆਧ ਕਾਲ ਤੋਂ ਅੱਜ ਤੱਕ ਸੱਚ ਤੇ ਕੂਟ ਟਕਰਾਉਂਦਾ ਰਿਹਾ ਹੈ ਸ਼ਾਤ ਤੇ ਕੂੜ ਭਾਵੇਂ ਕਿਸੇ ਰੂਪ ਵਿੱਚ ਵੀ ਹੋਇਆ ਪ੍ਰਹਿਲਾਦ ਹੋਇਆ ਹਰਨਕਸ਼ ਹੋਇਆ ਰਾਮ ਹੋਇਆ ਰਾਵਣ ਹੋਇਆ ਕੰਸ ਹੋਇਆ ਕ੍ਰਿਸ਼ਨ ਹੋਇਆ ਜਾਂ ਗੁਰੂ ਨਾਨਕ ਸਾਹਿਬ ਜੀ ਹੋਏ ਬਾਬਰ ਹੋਇਆ ਜਹਾਂਗੀਰ ਹੋਇਆ ਗੁਰੂ ਅਰਜਨ ਪਾਤਸ਼ਾਹ ਜੀ ਹੋਏ ਗੁਰੂ ਗੋਬਿੰਦ ਸਿੰਘ ਹੋਇਆ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਏ ਤੇ ਵਕਤ ਦਾ ਔਰੰਗਜ਼ੇਬ ਹੋਇਆ ਇਧਰਲੇ ਪਾਸੇ ਵੀ ਹੁਣ ਵਕਤ ਦੇ ਰੱਬ ਦੇ ਪਿਆਰੇ ਸੰਤ ਜਰਨੈਲ ਸਿੰਘ ਖਾਲਸਾ ਪੰਡਰਬਾਲੇ ਹੋਏ ਤੇ ਵਕਤ ਦੀ ਹਕੂਮਤ ਇੰਦਰਾ ਗਾਂਧੀ ਦੀ ਹੋਈ ਇਹ ਗੱਲ ਬਕਰੀ ਵੀ ਵਕਤ ਨਾਲ ਇਹ ਲੋਕ ਟਕਰਾਉਂਦੇ ਰਹੇ ਸਦੀ ਬਕਾਲ ਸਿੱਖੀ ਕਿਸੇ ਇੱਕ ਵਾਕੇ ਦਾ ਨਾ ਨਹੀਂ ਹੈ ਇਹਨਾਂ ਲੋਕਾਂ ਨੂੰ ਪਹਿਲੇ ਦਿਨ ਤੋਂ ਸ਼੍ਰੀ ਹਰਮੰਦਰ ਸਾਹਿਬ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿੱਥੋਂ ਸੱਚ ਦਾ ਪ੍ਰਕਾਸ਼ ਹੁੰਦਾ ਹੈ ਜਿੱਥੇ ਸਮੁੱਚੀ ਮਨੁੱਖਤਾ ਨੂੰ ਇੱਕ ਕਲਾਬੇ ਵਿੱਚ ਲੈਣ ਦਾ ਸਬਕ ਸਿਖਾਇਆ ਜਾਂਦਾ ਹੈ ਇਹ ਗੱਲ ਉਹਨਾਂ ਲੋਕਾਂ ਨੂੰ ਪਰਮਾਨ ਨਹੀਂ ਹੁੰਦੀ ਤੁਸੀਂ ਕਦੇ ਦੇਖਿਓ ਜਿਹੜਾ ਚੋਰ ਚੋਰੀ ਕਰਨਾ ਚਾਹੁੰਦਾ ਨਾ ਸਭ ਤੋਂ ਪਹਿਲਾਂ ਉਹਦੀ ਤਮੰਨਾ ਹੁੰਦੀ ਹੈ ਵੀ ਮੈਂ ਚਾਨਣ ਖਤਮ ਕਰਾਂ ਕਿਉਂਕਿ ਹਨੇਰੇ ਵਿੱਚ ਮੈਨੂੰ ਭੱਜਣਾ ਸੌਖਾ ਹੈ ਜਿਹੜਾ ਵੀ ਕੋਈ ਚੋਰ ਵਰਤੀ ਵਾਲਾ ਜਿਹੜਾ ਕੋਈ ਮਾੜੀ ਵਰਤੀ ਵਾਲਾ ਜਿਹੜਾ ਕੋਈ ਪਾਪ ਕਰਨ ਵਾਲਾ ਬੰਦਾ ਹੈ ਉਹਦੀ ਇੱਕ ਤਮੰਨਾ ਹੁੰਦੀ ਵੀ ਮੈਂ ਲਾਈਟ ਬੰਦ ਕਰਾਂ ਪਰ ਸਭ ਤੋਂ ਪਹਿਲਾਂ ਮੈਂ ਚਾਨਣ ਬੰਦ ਕਰਾਂ ਕਿਉਂਕਿ ਹਨੇਰਾ ਮੇਰੀ ਪਹਿਚਾਣ ਗਵਾ ਦੇਗਾ ਹਨੇਰੇ ਵਿੱਚ ਮੈਨੂੰ ਪਤਾ ਨਹੀਂ ਲੱਗੇਗਾ ਵੀ ਇਹ ਚੋਰ ਹੈ ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਰੱਜ ਕੇ ਪਾਪ ਕਮਾਉਣੇ ਨੇ ਉਹ ਚਾਹੁੰਦੇ ਨੇ ਜਿੱਥੋਂ ਸੱਚ ਦੀ ਆਵਾਜ਼ ਪੈਦਾ ਹੁੰਦੀ ਹੈ ਜਿੱਥੋਂ ਸੱਚ ਦਾ ਪ੍ਰਕਾਸ਼ ਪੈਦਾ ਹੁੰਦਾ ਮੈਂ ਪਹਿਲਾਂ ਉਸ ਆਵਾਜ਼ ਨੂੰ ਦਬਾਵਾਂ ਉਸ ਰੋਸ਼ਨੀ ਨੂੰ ਦਬਾਵਾਂ ਤਾਂ ਕਿ ਮੈਨੂੰ ਪਾਪ ਕਰਨੇ ਸੁੱਖੇ ਹੋ ਜਾਣ ਕੋਈ ਮੈਨੂੰ ਕਹਿ ਨਾ ਸਕਦਾ ਹੋਵੇ ਜਿੱਥੋਂ ਇਹ ਆਵਾਜ਼ ਉੱਠਦੀ ਹੈ ਅਨ ਕਾਂਇ ਰਤੜਿਆ ਬਾਟ ਦੁਹੇਲੀ RAM ਪਾਪ ਕਮਾਮਦਿਆਂ ਤੇਰਾ ਕੋਈ ਨਾ ਬੇਲੀ RAM ਕੋਈ ਨਾ ਬੇਲੀ ਹੋਏ ਤੇਰਾ ਸਰਾ ਪਛੋਤਾਵੇ ਗੁਣ ਗੋਪਾਲ ਨਾ ਜਪੋ ਸੁਨਾ ਫਿਰ ਕਦੋਂ ਸੇਧੇ ਆਵੇਂ ਤਰਵਰ ਬਿਛੁੰਨੇ ਨਾ ਪਾਤ ਜੁੜਤੇ ਜਮਾ ਕੌਣ अकेਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੈ ਸਦਾ ਫਿਰਤ ਦੁਹੇਲੀ ਇਹ ਇਹਨਾਂ ਲੋਕਾਂ ਦੀ ਭਾਵਨਾ ਰਹੀ ਹੈ ਪਰ ਸ਼ਦੀਬ ਕਰ ਉੱਥੇ ਸੱਚ ਦੀ ਆਵਾਜ਼ ਨੂੰ ਦਬਾਇਆ ਜਾਵੇ ਜਿਹੜੀ ਗੱਲ ਕਰਨੀ ਚਾਹੁੰਦੇ ਗੱਲ ਅੱਗੇ ਤੋੜਾਂ 1783 ਦੇ ਵਿੱਚ ਇੱਕ ਨਰੰਕਾਰੀ ਲਹਿਰ ਪੈਦਾ ਹੋਈ ਯਾਦ ਰੱਖੋ ਜੀ ਸ਼ੁਰੂਆਤ ਇਹਦੀ ਵੀ ਬੜੀ ਚੰਗੀ ਸੀ ਇਹਨਾਂ ਦੀ ਮਾੜੀ ਨਹੀਂ ਸੀ ਸ਼ੁਰੂਆਤ ਬਾਬਾ ਦਿਆਲ ਦਾਸ ਨੇ ਇਹ ਸ਼ੁਰੂਆਤ ਕੀਤੀ ਉਸ 1855 ਤੱਕ ਉਹ ਜਿਉਂਦੇ ਰਹੇ ਨੇ 1783 ਤੋਂ ਇਹ ਗੱਲ ਸ਼ੁਰੂ ਹੋਈ ਹੈ ਦਿਆਲ ਦਾਸ ਤੋਂ ਬਾਅਦ ਵਿੱਚ ਉਦੇ ਅਸਥਾਨ ਦੇ ਉੱਤੇ ਬੈਠਿਆ ਦਰਬਾਰਾ ਸਿੰਘ ਉਦੋਂ ਤੱਕ ਵੀ ਬਿਲਕੁਲ ਠੀਕ ਠਾਕ ਚੱਲੀ ਆ ਰਹੀ ਸੀ ਦਰਬਾਰਾ ਸਿੰਘ ਤੋਂ ਬਾਅਦ ਵਿੱਚ ਉਹਦੇ ਅਸਥਾਨ ਤੇ ਬੈਠਿਆ ਗੁਰਦੇਵ ਸਿੰਘ ਇਹਨੇ ਕੁਝ ਕੁ ਜੜੀਆਂ ਰਸਮਾਂ ਨੇ ਉਹ ਸਿੱਖੀ ਤੋਂ ਉਲਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਹਦੇ ਤੋਂ ਬਾਅਦ ਵਿੱਚ ਅੱਗੇ ਲੱਕੇ ਇੱਕ ਬੈਠਦਾ ਬੂਟਾ ਸਿੰਘ ਤੇ ਚੇਤਾ ਰੱਖਿਓ ਜੇ ਐਸੇ ਬੂਟਾ ਸਿੰਘ ਨੇ ਘੋੜਾ ਪਾਇਆ ਸਾਰਾ ਕਿਉਂਕਿ ਇਹ ਬੂਟਾ ਸਿੰਘ ਉਹ ਹੈ ਜਿਹੜਾ ਸ਼ਰਾਬ ਪੀ ਕੇ ਗੁਰੂ ਘਰ ਵਿੱਚ ਆਉਣ ਲੱਗ ਪਿਆ ਸੀ ਇਹ ਲੋਕ ਕੁਰਬਾਨੀ ਨੂੰ ਮੰਨਣ ਵਾਲੇ ਸਨ ਮੈਂ ਬੇਨਤੀ ਕਰਾਂ ਅੱਜ ਦਾ ਇੰਨਾ ਆਪਣਾ ਵੱਖਰੇ ਵੱਖਰੇ ਥਾਵਾਂ ਤੇ ਜਾਣ ਦਾ ਵਕਤ ਨਹੀਂ ਪਰ ਜਿਹੜਾ ਆਨੰਦ ਕਾਰਜ ਐਕਟ ਦੇ ਮੁਤਾਬਕ ਹੋਣ ਲੱਗਿਆ ਸੀ ਉਹਨੂੰ ਸਭ ਤੋਂ ਪਹਿਲਾ ਆਨੰਦ ਕਾਰਜ ਏਸੇ ਨਰੰਕਾਰੀਆਂ ਨੇ ਕਰਵਾਇਆ ਸੀ ਸਭ ਤੋਂ ਪਹਿਲਾ ਆਨੰਦ ਕਾਰਜ ਇਹਨਾਂ ਦੀ ਦੇਣ ਹੈ ਇਸ ਗੱਲ ਦੀ ਡਾਕਟਰ ਮਾਨ ਸਿੰਘ ਨਰੰਕਾਰੀ ਅੱਜ ਵੀ ਗੁਰੂ ਘਰ ਨਾਲ ਜੁੜੇ ਹੋਏ ਨੇ ਗੱਲ ਵੱਖਰੀ ਹੈ ਜਿਹੜੀ ਬੇਨਤੀ ਕਰਨੀ ਚਾਹੁੰਦਾ ਇਹਨਾਂ ਦੇ ਵਿੱਚ ਇੱਕ ਬੂਟਾ ਸਿੰਘ ਹੋਇਆ ਬੂਟਾ ਸਿੰਘ ਨੇ ਸ਼ਰਾਬ ਪੀਤੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਹਨੇ ਉਲਟੀ ਕਰ ਦਿੱਤੀ ਤੇ ਉਹਨੂੰ ਘਰੋਂ ਕੱਢ ਦਿੱਤਾ ਗਿਆ। ਬੂਟਾ ਸਿੰਘ ਦਾ ਅੱਗੇ ਸੇਵਕ ਸੀ ਉਹਦਾ ਨਜ਼ਦੀਕੀ ਸੀ ਅਵਤਾਰ ਸਿੰਘ। ਬੂਟਾ ਸਿੰਘ ਤੇ ਅਵਤਾਰ ਸਿੰਘ ਦੋਵੇਂ ਜਣੇ ਇਕੱਠੇ ਹੋ ਕੇ ਦਿੱਲੀ ਦੇ ਪਹਾੜ ਗੰਜ ਇਲਾਕੇ ਵਿੱਚ ਇੱਕ ਛੋਟਾ ਜਿਹਾ ਘਰ ਕਰਾਇਆ ਤੇ ਰਹਿ ਕੇ ਰਹਿ ਕੇ ਇੱਥੇ ਰਹਿਣ ਲੱਗ ਪਏ ਤੇ ਇੱਥੇ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ। ਨਰੰਕਾਰੀ ਲਹਿਰ ਇੱਕ ਵੱਖਰੀ ਹੋ ਗਈ ਹੁਣ ਇਹਨਾਂ ਦੀ ਲਹਿਰ ਇੱਕ ਵੱਖਰੀ ਹੋ ਗਈ ਨਾ ਇਹਨਾਂ ਨੇ ਵੀ ਨਰੰਕਾਰੀ ਲਹਿਰ ਹੀ ਰੱਖਿਆ ਬੂਟਾ ਸਿੰਘ ਵੀ ਜਿਵੇਂ ਕਿਵੇਂ ਹੋਇਆ ਨਸ਼ਿਆਂ ਦਾ ਆਦੀ ਸੀ ਵਿਸ਼ੇਵਕਾਰੀ ਸੀ ਉਹ ਵੀ ਆਪਣੀ ਜ਼ਿੰਦਗੀ ਨਿਭਾ ਗਿਆ ਉਸ ਤੋਂ ਬਾਅਦ ਜਿਹੜਾ ਅਵਤਾਰ ਸਿੰਘ ਸੀ ਇਹਨੇ ਅੱਤ ਚੁੱਕ ਲਈ ਤੇ ਇਹਨੇ ਆਪਣਾ ਅਸਥਾਨ ਵੀ ਹੋਰ ਹੋਰ ਥਾਮਾ ਤੇ ਬਣਾ ਲਿਆ ਮੈਂ ਇੱਕ ਬੇਨਤੀ ਫੇਰ ਕਰਦਿਆਂ ਬਹੁਤ ਧਿਆਨ ਦੇਣਯੋਗ ਗੱਲਾਂ ਹੈ ਜਦੋਂ ਇਹਨਾਂ ਦੀ ਸ਼ੁਰੂਆਤ ਹੋਈ ਸੀ 1843 ਤੱਕ ਵੀ ਕਹਿ ਲਈਏ ਇਹਨਾਂ ਦੇ ਕੇਵਲ ਤੇ ਕੇਵਲ 21 ਕੇਂਦਰ ਸਨ ਲੇਕਿਨ 1983 ਤੱਕ ਇਹਨਾਂ ਦੇ 700 ਕੇਂਦਰ ਬਣ ਗਏ ਸਨ ਜਦੋਂ ਦੀ ਇਹ ਘਟਨਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਉਦੋਂ 700 ਕੇਂਦਰ ਸੀ ਇਹਨਾਂ ਲੋਕਾਂ ਦਾ ਖਰ ਜਿਹੜੀ ਬੇਨਤੀ ਕਰਨ ਲੱਗਾ ਤਾਂ ਮੈਂ ਤਵਜੋ ਦਿਓ ਇਹ ਅਵਤਾਰ ਸਿੰਘ ਅੱਗੇ ਆਇਆ ਬੂਟਾ ਸਿੰਘ ਤੋਂ ਬਾਅਦ ਵਿੱਚ ਅਵਤਾਰ ਸਿੰਘ ਨੇ ਬਹੁਤ ਅਤ ਚੁੱਕੀ ਸਭ ਤੋਂ ਪਹਿਲਾ ਕਰਮ ਉਹਨੇ ਮਾੜਾ ਇਹ ਕੀਤਾ ਵੀ ਉਹਨੇ ਅਵਤਾਰ ਬਾਣੀ ਬਣਾਈ ਔਰ ਉਸ ਅਵਤਾਰ ਬਾਣੀ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਤੇ ਅਪ ਸਿੱਖੀ ਦੇ ਖਿਲਾਫ ਬਹੁਤ ਕੁਝ ਲਿਖਿਆ ਗਿਆ ਮੈਂ ਕੁਝ ਕੁ ਗੱਲਾਂ ਵਿੱਚੋਂ ਹੋਰ ਸਾਂਝੀਆਂ ਕਰਾਂਗਾ ਲੜੀ ਉਮੀਦ ਚਲਦੀ ਰੱਖਾਂਗੇ ਆਪਾਂ ਇਕ ਤਾਂ ਬੱਦਕਿਸਮਤੀ ਹੈ ਦੇਖੋ ਮੇਰੀ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਮਤ ਸੋਚੋ ਮੈਂ ਅਕਾਲੀ ਦਲ ਦਾ ਮੈਂ ਕਾਂਗਰਸ ਦਾ ਮੇਰਾ ਕਿਸੇ ਨਾਲ ਕੋਈ ਵਾਸਤਾ ਨਹੀਂ ਸਪਸ਼ਟ ਕਰ ਦਿਆਂ ਗੱਲ ਨੂੰ ਪਰ ਮੈਂ ਇਤਨੀ ਅਰਜ਼ੂਰ ਕਰਾਂਗਾ ਪਰ ਜਿਹੜੇ ਲੀਡਰ ਦਰਬਾਰ ਸਾਹਿਬ ਦੇ ਮੰਨਣ ਵਾਲੇ ਨਹੀਂ ਨਾ ਜਦੋਂ ਉਹ ਕਿਸੇ ਡੇਰੇ ਤੇ ਜਾ ਕੇ ਕਹਿੰਦੇ ਨੇ ਵੀ ਜਿਹੜੀ ਸ਼ਾਂਤੀ ਮੈਨੂੰ ਦੁਨੀਆਂ ਭਰ ਤੋਂ ਨਹੀਂ ਮਿਲੀ ਉਹ ਇੱਥੋਂ ਮਿਲੀ ਹੈ ਤਾਂ ਯਾਦ ਰੱਖਣਾ ਸਿੱਖੀ ਦੇ ਭੁੱਲੜ ਲੋਗ ਉਧਰਲੇ ਪਾਸੇ ਤੁਲ ਜਾਂਦੇ ਨੇ ਕਿਸੇ ਵੇਲੇ ਬਕਰ ਸੀ ਸਿੱਖੀ ਦੇ ਲੀਡਰਾਂ ਨੇ ਉਸ ਵੇਲੇ ਦੇ ਪੁਨਿਆਰਾਂ ਵਾਲੇ ਦੇ ਡੇਰੇ ਤੇ ਜਾ ਕੇ ਵੀ ਇਹ ਗੱਲ ਕਹੀ ਸੀ ਜੀਨੇ ਆਪਣੇ ਵੱਲੋਂ ਇੱਕ ਗ੍ਰੰਥ ਬਣਾਇਆ ਸੀ ਉਹਨੇ ਪਹਿਆਰਾ ਵਾਲੇ ਦੇ ਡੇਰੇ ਤੇ ਜਾ ਕੇ ਲੋਕ ਕਹਿੰਦੇ ਰਹੇ ਕਿ ਜਿਹੜੀ ਸਾਨੂੰ ਸ਼ਾਂਤੀ ਇੱਥੋਂ ਮਿਲਦੀ ਉਹ ਕਿਤੇ ਵੀ ਨਹੀਂ ਮਿਲਦੀ ਭੱਲਿਆ ਫਿਰ ਤੂੰ ਦਰਬਾਰ ਸਾਹਿਬ ਕੰਨੇ ਸ਼ਿਦਕ ਨਾ ਮੱਥਾ ਟੇਕਣ ਹੀ ਨਹੀਂ ਗਿਆ ਉਹ ਮੈਂ ਕਹਾ ਨਹੀਂ ਤੇ ਉੱਥੇ ਉਹਨਾਂ ਨੂੰ ਸ਼ਾਂਤੀ ਮਿਲਗੀ ਜਿਹੜੇ হাজী ਮੁਹੰਮਦ ਮਸਕੀਨ ਵਰਗੇ ਸਨ ਜਿਨ੍ਹਾਂ ਨੇ ਚੌਰ ਬਣਾਇਆ ਸੀ ਮਨ ਵਿੱਚ ਤਮੰਨਾ ਰੱਖੀ ਸੀ ਇੱਕ ਮੁਸਲਮਾਨ ਲਈ ਸਭ ਤੋਂ ਉੱਤਮ ਘਰ ਉਹਦਾ ਕਾਬਾ ਹੁੰਦਾ ਮੱਕਾ ਹੁੰਦਾ ਤੇ ਉਹਨੇ ਚੌਰ ਸਾਹਿਬ ਉੱਥੇ ਵਾਸਤੇ ਬਣਾਇਆ ਸਿਪਾਈ ਹੀਰਾ ਸਿੰਘ ਦਾ ਕੀਰਤਨ ਸੁਣ ਕੇ ਉਹ ਚੌਰ ਦਰਬਾਰ ਸਾਹਿਬ ਪੇਟਾ ਕਰ ਗਿਆ ਸੀ ਵੀ ਮੇਰਾ ਮੱਕਾ ਜੇ ਤੇਰੇ ਦਰਬਾਰ ਸਾਹਿਬ ਤੋਂ ਵੀ ਨੀਮਾ ਲੱਗਦਾ ਹੈ ਪੀਰ ਬੁੱਧੂ ਸ਼ਾਹ ਵਰਗੇ ਨੂੰ ਪੁੱਛ ਕੇ ਦੇਖ ਜੇ ਨਾ ਆਪਣੇ ਪੁੱਤ ਮਰਵਾ ਕੇ ਵੀ ਅੱਖ ਵਿੱਚੋਂ ਅਥਰੂ ਨਹੀਂ ਸੀ ਕੇਰੀਆ ਸਜਣਾ ਸ਼ਕੀਰੀ ਕੀਮਤ ਪੁੱਛਣੀ ਹੈ ਤੇ ਉਹਨਾਂ ਨੂੰ ਪੁੱਛ ਕੇ ਦੇਖ ਪਰ ਬਤ ਕਿਸਮਤੀ ਹੈ ਬੜੇ ਵੱਡੇ ਵੱਡੇ ਹੱਲੇ ਹੁੰਦੇ ਰਹੇ ਕਿਹੜਾ ਇੱਕ ਹੋਇਆ 1920 ਦੇ ਵਿੱਚ ਯਾਦ ਰੱਖ ਜੇ ਮਦਨ ਮੋਹਨ ਮਾਲਵੀਆ ਇਹ ਬੜਾ ਕੱਟੜ ਵਿਰੋਧੀ ਹੋਇਆ ਸਿੱਖੀ ਦਾ ਬਹੁਤ ਕੱਟੜ ਵਿਰੋਧੀ ਹੋਇਆ ਇਹਦੇ ਕੋਲੋਂ ਨੀਰ ਖੋਆ ਕੇ ਦੁਰਗਿਆਣਾ ਮੰਦਿਰ ਬਣਾਇਆ ਸੀ ਇਹ 1920 ਬਾਈ ਦੇ ਨੇੜੇ ਬਣਿਆ ਹੋਇਆ ਲੇਕਿਨ ਅੱਜ ਸਾਡੇ ਲੀਡਰ ਉੱਥੇ ਜਾ ਕੇ ਮੱਥਾ ਟੇਕਦੇ ਨੇ ਤੇ ਉਹ ਗੱਲ ਕਹਿੰਦੇ ਨੇ ਵੀ ਜੋ ਸਾਨੂੰ ਸ਼ਾਂਤੀ ਇੱਥੋਂ ਮਿਲਦੀ ਹੋਰ ਜਗ੍ਹਾ ਤੋਂ ਨਹੀਂ ਮਿਲਦੀ ਬੇੰਤੀ ਐਸਲੀ ਕਰ ਰਿਹਾ ਅਸਾਂ ਵੀ ਜਦੋਂ ਕਦੇ ਇਹੋ ਜਿਹੇ ਲੋਕ ਇਹਨਾਂ ਬੂਟਿਆਂ ਨੂੰ ਪਾਲਦੇ ਨੇ ਤੇ ਮੁੜ ਕੇ ਸਿੱਖੀ ਜਦੋਂ ਆਪਣੇ ਆਪੇ ਦੀ ਕੁਰਬਾਨੀ ਦੇ ਕੇ ਇਹਨਾਂ ਨੂੰ ਕੱਟਦੀਆਂ ਨਾ ਤੇ ਫਿਰ ਬੜੇ ਮਹਿੰਗੇ ਪਾ ਕੱਟਣੇ ਪੈਂਦੇ ਨੇ। ਇਸੇ ਤਰ੍ਹਾਂ ਜਿਵੇਂ ਪੁਨੀਹਾਰਾਂ ਵਾਲੇ ਨੇ ਇੱਕ ਗ੍ਰੰਥ ਬਣਾਇਆ ਸੀ। ਇਸੇ ਤਰ੍ਹਾਂ ਅਬਦਾਰ ਸਿੰਘ ਨੇ ਇੱਕ ਗ੍ਰੰਥ ਬਣਾਇਆ ਜਿਹਦਾ ਨਾਂ ਰੱਖਿਆ ਉਹਨੇ ਅਬਦਾਰ ਬਾਣੀ। ਫਿਰ ਇਹਨੇ ਇੱਥੇ ਵਸਣੀ ਕੀਤੀ। ਇਹਨੇ ਆਪਣੇ ਵੱਲੋਂ ਇਹ ਬਾਣੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਇੱਕ ਦਿਨ ਵਕਤਾ ਹਿਸਾਬੀ ਆਇਆ। ਜਿਸ ਦਿਨ ਇਹਦੇ ਸੱਤ ਪਿਆਰੇ ਸਾਜੇ ਆ ਹੁਣ ਜੋ ਕੇ ਸਮੇਂ ਦੇ ਵਿੱਚ ਸਿੱਖੀ ਨੂੰ ਥੋੜੀ ਜੀ ਤਕਲੀਫ ਲੱਗੀ ਸੀ ਜਦੋਂ ਕਿਸੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਾਇਆ ਸੀ ਕਲਗੀ ਲਾਇਸੀ ਤੇ ਪੰਜ ਪਿਆਰੇ ਸਾਜਿਆਂ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨੂੰ ਇੰਨਾ ਨਹੀਂ ਪਤਾ ਵੀ ਇਤਿਹਾਸ ਵਿੱਚ ਕਈ ਵਾਰੀ ਹੋ ਚੁੱਕਿਆ ਹੋਇਆ ਯਾਦ ਰੱਖੋ ਜੇ ਅਬਦਾਰ ਸਿੰਘ ਨਰਨਕਾਰੀਆਂ ਵਿੱਚੋਂ ਉਹ ਹੋਇਆ ਜਿਨੇ ਸੱਤ ਪਿਆਰੇ ਸਾਜੇ ਸਨ ਉਹਨੇ ਕੋਸ਼ਿਸ਼ ਕੀਤੀ ਸੀ ਅਗਲੀ ਬੇਨਤੀ ਕਰਾਂ ਉਹਨੇ ਇੱਕ ਹੋਰ ਕਰਮ ਕੀਤਾ ਜਿੱਥੇ ਬਾਣੀ ਆਪਣੀ ਬਣਾਈ ਸੱਤ ਪਿਆਰੇ ਸਾਜੇ ਕਿਤੇ ਵਕਤ ਮਿਲਿਆ ਜੇ ਤੁਹਾਨੂੰ ਕਿਸੇ ਗੱਲ ਦੀ ਸ਼ੰਕਾ ਹੋਵੇ ਤੇ ਮੈਂ ਬੇਨਤੀ ਕਰਾਂ ਅਜਮੇਰ ਸਿੰਘ ਨੇ ਕਿਤਾਬ ਲਿਖੀ ਹੈ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ ਉਹਦੀ ਕਿਤਾਬ ਕਿਸੇ ਵੇਲੇ ਪੜ੍ਹ ਕੇ ਵੇਖਣਾ ਖੈਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ ਇਹਨੇ ਦੂਜੀ ਕੋਸ਼ਿਸ਼ ਕੀਤੀ ਸਤ ਪਿਆਰੇ ਬਣਾਉਣ ਦੇ ਨਾਲ ਨਾਲ ਇਹਨੇ ਆਪਣੀ ਘਰ ਵਾਲੀ ਜਿਹਦਾ ਨਾਮ ਰਾਜ ਮਾਤਾ ਰੱਖਿਆ ਹੋਇਆ ਸੀ ਇਨੇ ਆਪਣੀ ਘਰਵਾਲੀ ਉਸ ਵੇਲੇ ਆਪਣੇ ਆਪ ਨੂੰ ਅਤੇ ਆਪਣੀ ਘਰਵਾਲੀ ਨੂੰ ਸਿੱਕਿਆਂ ਦੇ ਨਾਲ ਤੋਲਿਆ ਗਿਆ ਤੇ ਸਿੱਕਿਆਂ ਨਾਲ ਤੋਲ ਕੇ ਜਦੋਂ ਇਹਦੀ ਘਰਵਾਲੀ ਨੂੰ ਸਿੱਕਿਆਂ ਨਾਲ ਤੋਲਿਆ ਗਿਆ ਤਾਂ ਉਥੇ ਜਿੱਥੇ ਇਹਦੀ ਫੋਟੋ ਬਣਾਈ ਗਈ ਉਹਦੇ ਥੱਲੇ ਇੱਕ ਗੁਰਬਾਣੀ ਦੀ ਪੰਕਤੀ ਲਿਖੀ ਗਈ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲਣਹਾਰਾ ਇਹ ਗੱਲ ਸੁਣ ਕੇ ਸਿੱਖਾਂ ਦੇ ਅੰਦਰ ਅੱਗ ਲੱਗ ਗਈ ਉਦੋਂ ਉਹਨਾਂ ਨੇ ਜਾ ਕੇ ਇੱਕ ਸੁਨੇਹਾ ਭੇਜਿਆ ਸੋ ਜਨਾ ਇਸ ਸਿੱਖੀ ਦੀ ਤੋਹੀਨ ਹੈ ਤੈਨੂੰ ਐਸਾ ਕੁਝ ਨਹੀਂ ਕਰਨਾ ਚਾਹੀਦਾ ਉਹਨੇ ਗੱਲ ਮੰਨ ਕੇ ਉਹਨੇ ਗੱਲ ਵਿਚਾਰ ਕੇ ਉਸ ਵੇਲੇ ਵਕਤ ਹੀ ਤੌਰ ਤੇ ਫੈਸਲਾ ਕਰ ਲਿਆ ਵੀ ਅਸੀਂ ਇਹ ਪੰਕਤੀ ਅੱਗੇ ਵਾਸਤੇ ਨਹੀਂ ਲਿਖਾਂਗੇ ਪਰ ਇਹ ਗੱਲ ਮਨਾਂ ਦਾ ਬੈਰ ਸੀ ਜਿਹੜਾ ਮਨਾਂ ਦੇ ਅੰਦਰ ਕਰੋਧ ਸੀ ਜਿਹੜਾ ਉਹ ਉਮੇ ਦਾ ਉਮੇ ਰਹਾ ਫਿਰ ਇੱਕ ਵਕਤ ਆਇਆ ਜਦੋਂ 1978 ਦੇ ਵਿੱਚ ਹਾਲਾਂਕਿ ਇਹਨਾਂ ਦੇ ਕਿੰਨੇ ਕੇਂਦਰ ਨੇ ਮੈਂ ਹੁਣੇ ਤੁਹਾਡੇ ਨਾਲ ਬੇਨਤੀ ਕਰ ਚੁੱਕਾ ਹਾਂ ਕਿ 1983 ਦੇ ਵਿੱਚ ਇਹਨਾਂ ਦੇ 700 ਕੇਂਦਰ ਸਨ ਤੇ ਇਹ ਕਿਤੇ ਹੋਰ ਜਗ੍ਹਾ ਤੇ ਵੀ ਕੀਤਾ ਜਾ ਸਕਦਾ ਸੀ ਪਰ 1978 ਦੇ ਵਿੱਚ ਉਧਰ ਖਾਲਸਾ ਵਿਸਾਖੀ ਮਨਾ ਰਿਹਾ ਹੈ ਖਾਲਸਾ ਆਪਣਾ ਜਨਮ ਦਿਵਸ ਮਨਾ ਰਿਹਾ ਹੈ ਤੇ ਇਹਨਾਂ ਨੇ ਉਸ ਵੇਲੇ 1978 ਦੇ ਵਿੱਚ ਇੱਕ ਨਰੰਕਾਰੀ ਸਮੇਲਨ ਰੱਖਿਆ ਜਿਹੜਾ ਇਸ ਸਥਾਨ ਦੇ ਉੱਤੇ ਦਿਲ ਐ ਅੰਮ੍ਰਿਤਸਰ ਸਾਹਿਬ ਦੇ ਉੱਤੇ ਰੱਖਿਆ ਇਹ ਹੋਰ ਜਗ੍ਹਾ ਤੇ ਵੀ ਰੱਖਿਆ ਜਾ ਸਕਦਾ ਸੀ ਫਿਰ ਮੈਂ ਇੱਕ ਬੇਨਤੀ ਕਰਨ ਲੱਗਾ ਹਾਂ ਸ਼ਾਇਦ ਕਈ ਵਾਰੀ ਤੁਹਾਡੇ ਨਾਲ ਦੁਹਰਾਈ ਵੀ ਹੋਵੇ ਪਰ ਅੱਜ ਉਹਦੀ ਲੋੜ ਹੈ ਸਿੱਖ ਐਡਾ ਭੋਲਾ ਐ ਨਾ ਇਹ ਜਦੋਂ ਵਕਤ ਬੀਤ ਜਾਂਦਾ ਫਿਰ ਬੜਾ ਪਛਤਾਉਂਦਾ ਹੈ ਬਹੁਤ ਪਛਤਾਉਂਦਾ ਹੈ ਦੱਸ ਨੇ ਪਿਛਲੇਰੇ ਸਮੇਂ 'ਚ ਵੀ ਕਰ ਸਕੀਤੀ ਸੀ ਛੋਟੀ ਜਿਹੀ ਉਦਾਹਰਨ ਦੇਣ ਲੱਗਿਆ ਇਕਲ ਚੇਤਾ ਰੱਖਿਓ ਜਦੋਂ ਵਿਸ਼ਵ ਸਿੱਖ ਸੰਮੇਲਨ ਹੋਇਆ ਪੰਜ ਦਿਨਾਂ ਦਾ ਸੰਮੇਲਨ ਸੀ ਕਿੰਨੀ ਤਿਆਰੀ ਇਹਨਾਂ ਲੋਕਾਂ ਦੀ ਵਿਸ਼ਵ ਸਿੱਖ ਸੰਮੇਲਨ ਹੋਇਆ ਪੰਜ ਦਿਨਾਂ ਦਾ ਸੀ ਬੜੇ ਸਮੇਂ ਤੋਂ ਬਾਅਦ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਸਰਬੱਤ ਖਾਲਸਾ ਕੀਨੂ ਬੁਲਾਉਣੇ ਬੰਦ ਕਰ ਦਿੱਤੇ ਸਨ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਰਬੱਤ ਖਾਲਸਾ ਨਹੀਂ ਹੋਇਆ ਇਹ ਉਸ ਤੋਂ ਪਹਿਲਾਂ ਹੋਇਆ ਜਾਂ ਉਸ ਤੋਂ ਬਾਅਦ ਵਿੱਚ ਹੋਇਆ ਉਸ ਵੇਲੇ ਜਦੋਂ ਸਰਬੱਤ ਖਾਲਸਾ ਇਕੱਠਾ ਹੋਇਆ ਸੁਮਤੀ ਸਾਰੇ ਸੰਸਾਰ ਦਾ মিডিਆ ਉਸ ਵੇਲੇ ਉੱਥੇ ਗਿਆ ਇਹ ਗੱਲ ਦੇਖਣ ਵਾਸਤੇ ਵੀ ਸਿੱਖ ਆਪਣੀ ਕੌਮ ਦੇ ਲਈ ਕੀ ਪ੍ਰੋਗਰਾਮ ਲਿਖਦੇ ਨੇ ਕਿਉਂਕਿ ਅੱਜ ਮੀਡੀਆ ਦਾ ਜ਼ਮਾਨਾ ਜੂ ਸਾਰਾ ਸੰਸਾਰ ਇਕੱਠਾ ਹੋਇਆ ਯਾਦ ਰੱਖੋ ਜੇ ਸਿਰਫ 2 ਦਿਨ ਪਹਿਲੇ 2 ਦਿਨ ਜਿਸ ਦਿਨ ਇਹ ਸੰਗਤ ਇਕੱਠੀ ਹੋ ਰਹੀ ਸੀ ਪਹਿਲੇ 2 ਦਿਨ ਉਹਨਾਂ ਨੇ ਸਭ ਕੁਝ ਮੀਡੀਆ ਵਿੱਚ ਦਿਖਾਇਆ ਜਿਸ ਦਿਨ ਤੀਜਾ ਦਿਨ ਆਇਆ ਆਖਰੀ 3 ਦਿਨ ਸਨ ਜਦੋਂ ਕੌਮ ਨੇ ਕੁਝ ਐਵੇਂ ਫੈਸਲੇ ਕਰਨੇ ਸਨ ਉਹਨਾਂ 3 ਦਿਨਾਂ ਵਿੱਚ ਗਣੇਸ਼ ਦੁੱਧ ਪੀਂਦਾ ਰਿਹਾ ਯਾਦ ਰੱਖੋ ਜੇ ਹਿੰਦੁਸਤਾਨ ਦੀ ਧਰਤੀ ਉੱਤੋਂ ਗਣੇਸ਼ ਦੇ ਦੁੱਧ ਪੀਣ ਦੀਆਂ ਖਬਰਾਂ ਤੇ ਸਾਰਾ মিডিਆ ਕਵਰ ਕਰਦਾ ਰਿਹਾ ਪਰ ਜੋ ਵਿਸ਼ਵ ਸਿੱਖ ਸੰਮੇਲਨ ਸੀ ਉਹ ਸਾਰੇ ਦਾ ਸਾਰਾ ਬਿਲਕੁਲ ਜ਼ੀਰੋ ਹੋ ਕੇ ਰਹਿ ਗਿਆ ਕੋਈ ਵੀ ਖਬਰ ਬਾਹਰ ਨਹੀਂ ਆ ਸਕੀ ਹਾਲਾਂਕਿ ਗਣੇਸ਼ ਨੇ ਉਸ ਤੋਂ ਪਹਿਲਾਂ ਕਦੇ ਦੁੱਧ ਨਹੀਂ ਪੀਤਾ ਉਸ ਤੋਂ ਬਾਅਦ ਵਿੱਚ ਵੀ ਕਰੇ ਅਜੇ ਤੱਕ ਨਹੀਂ ਪੀਤਾ ਲੇਕਿਨ ਉਹਨਾਂ ਦਿਨਾਂ ਦਿਨਾਂ ਵਿੱਚ ਦੁੱਧ ਪੀਂਦੇ ਰਹੇ ਤੇ ਸਾਰੀ ਗੱਲ মিডিਆ ਵਿੱਚ ਖਲ ਰਹਿ ਗਈ ਇੱਕ ਜ਼ੀਰੋ ਬਣ ਕੇ ਰਹਿ ਗਈ ਔਰ ਉਹਨਾਂ ਨੇ ਕਿੰਨੀ ਤਿਆਰੀ ਕੀਤੀ ਹੋਵੇਗੀ ਵੀ ਖਾਲਸਾ ਅੱਜ ਕੋਈ ਆਪਣੀ ਗੱਲ ਨਾ ਕਰ ਸਕੇ ਔਰ ਮੀਡੀਆ ਵਿੱਚ ਕੋਈ ਗੱਲ ਨਹੀਂ ਆਉਣ ਦਿੱਤੀ ਲੇਕਿਨ ਸਾਨੂੰ ਪਤਾ ਨਹੀਂ ਇਸ ਗੱਲ। ਫਿਰ ਵਕਤ ਆਇਆ ਜਦੋਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪੁਰਬ ਮਨਾਇਆ ਗਿਆ ਕਿਉਂਕਿ 1604 ਦੇ ਵਿੱਚ ਪ੍ਰਕਾਸ਼ ਹੋਇਆ ਸੀ ਤੇ 2004 ਦੇ ਵਿੱਚ ਫਿਰ ਦੁਬਾਰੇ 400 ਸਾਲਾਂ ਤੋਂ ਬਾਅਦ ਫਿਰ ਦੁਬਾਰੇ ਇੱਕ ਉਪਰਾਧਾ ਕੀਤਾ ਗਿਆ ਕਿ ਅੱਜ ਸਮੁੱਚੀ ਕੌਮ ਨੇ ਜਿਹੜਾ ਜਿਸ ਦੇਸ਼ ਵਿੱਚ ਵੀ ਬੈਠਾ ਸੀ ਉਹ ਉਸ ਵੇਲੇ ਦਰਬਾਰ ਸਾਹਿਬ ਨਾਲ ਜੁੜ ਕੇ ਬੈਠ ਗਿਆ ਸ਼ਾਇਦ ਹੋ ਸਕਦਾ ਹੈ ਇਸ ਵੇਲੇ ਵਕਤ ਹੋਵੇ ਇੰਡੋਸਤਾਨ ਦੀ ਧਰਤੀ ਦੇ ਉੱਤੇ ਇੰਡੀਆ ਦੀ ਧਰਤੀ ਦੇ ਉੱਤੇ ਹਰ ਗੁਰੂ ਕਾ ਸਿੱਖ ਜਿਹੜਾ ਆਪਣਾ ਗਿਰਦਾ ਹਰਮੰਦਰ ਸਾਹਿਬ ਨਾਲ ਜੋੜ ਕੇ ਬੈਠ ਗਿਆ ਕਿਉਂਕਿ ਟੀਵੀ ਉੱਤੇ ਸਭ ਕੁਝ ਦਿਖਾਇਆ ਜਾਣਾ ਸੀ ਉਹਨੇ ਮਨਾਂ ਵਿੱਚ ਭਾਵਨਾ ਸੀ ਮੈਂ ਆਪਣੀ ਵਿਰਤੀ ਨੂੰ 400 ਸਾਲ ਪਿੱਛੇ ਲੈ ਜਾ ਜਿੱਥੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਉਸ ਵੇਲੇ ਬਾਬੇ ਬੁੱਢੇ ਦੇ ਮੁਖਾਰਬਿੰਤੋਂ ਪਹਿਲਾ ਹੁਕਮਨਾਮਾ ਕੱਢਿਆ ਸੀ ਜੇ ਅੱਜ ਮੈਂ ਹੁਕਮਨਾਮਾ ਸੁਣਨਾ ਚਾਹੁੰਨੇ ਯਾਦ ਰੱਖਿਓ ਜੀ ਇਹ 4:00 ਸਵੇਰ 4 ਵਜੇ ਹੁਕਮਨਾਮਾ ਹੋਣਾ ਸੀ ਨਾ ਪਰ ਰਾਤ ਨੂੰ 3 ਵਜੇ ਲੋਕਾਂ ਨੇ ਉਸ ਪਿੰਡਾਂ ਵਿੱਚ 12600 ਪਿੰਡ ਐ ਇਸ ਵੇਲੇ ਪੰਜਾਬ ਦਾ ਤੇ ਇੰਨੇ 12000 ਪਿੰਡਾਂ ਵਿੱਚ ਇੱਕ ਅਨਾਉਂਸਮੈਂਟ ਕੀਤੀ ਗਈ ਵੀ ਜਿਨ੍ਹਾਂ ਨੇ ਰਖੜੀਆਂ ਬੰਨੀਆਂ ਨੇ ਉਹ ਰਖੜੀਆਂ ਖੋਲ ਦਿਓ ਕਿਉਂਕਿ ਪੰਜ ਕਣਾ ਵਿੱਚ ਰਖੜੀਆਂ ਬੰਨੀਆਂ ਗਈਆਂ ਨੇ ਉਹਨਾਂ ਦੇ ਭਰਾਵਾਂ ਦੀ ਮੌਤ ਹੋ ਜਾਣੀ ਹੈ ਲੋਕ ਫੋਨ ਕਰਕੇ ਰਖੜੀਆਂ ਕਢਵਾਉਂਦੇ ਰਹੇਗੇ ਕਿਸੇ ਨੂੰ ਨਹੀਂ ਪਤਾ ਵੀ 400 ਸਾਲੇ ਉੱਤੇ ਹੁਕਮਨਾਮਾ ਕੀ ਆਇਆ ਸੀ ਜਦਕਿ ਸਾਡੇ ਕੋਲ ਮੀਡੀਆ ਦਾ ਜਮਾਨਾ ਸੀ ਭਗਤ ਨਾਮਦੇਵ ਜੀ ਦੀ ਬਾਣੀ ਵਿੱਚੋਂ ਹੁਕਮਨਾਮਾ ਆਇਆ ਸੀ ਮਾਰ ਬਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰਹਲਾ ਗੱਲ ਵਕਰੀ ਹੈ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ ਇਹ ਲੋਕ ਇੰਨੀ ਤਿਆਰੀ ਵਿੱਚ ਨੇ ਪਰ ਸਿੱਖ ਕੌਮ ਦੇ ਬੰਦੇ ਸਿੱਖ ਕੌਮ ਦੇ ਲੀਡਰ ਸਿੱਖ ਕੌਮ ਦੇ ਨੁਮਾਇੰਦੇ ਸਿੱਖ ਕੌਮ ਦੇ ਪ੍ਰਚਾਰਕ ਇਹ ਸੁੱਤੇ ਨੇ ਇਹ ਇਸ ਕੱਲ ਦੇ ਪ੍ਰਤੀ ਸੋਚੀਤ ਨਹੀਂ 1978 ਦੇ ਵਿੱਚ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਰੇਲਵੇ ਫਾਟਕ ਦੇ ਨੇੜੇ ਇਹਨਾਂ ਨੇ ਇਹ ਸਮਾਗਮ ਰੱਖਿਆ ਉਸ ਸਮਾਗਮ ਦੇ ਵਿੱਚ ਸਿੱਖੀ ਦੇ ਪ੍ਰਤੀ ਇੰਨੇ ਮਾੜੇ ਸ਼ਬਦ ਵਰਤੇ ਗਏ ਜਿਨ੍ਹਾਂ ਨੂੰ ਸਮਝਾਉਣ ਵਾਸਤੇ ਉਸ ਵੇਲੇ ਬਾਕੀ ਮੈਂ ਡਿਟੇਲ ਬਾਅਦ ਵਿੱਚ ਸਾਂਝੀ ਕਰਨਾ ਹੈ ਸੰਤ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਇਹ ਉਸ ਵੇਲੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਥਣ ਇਹਨਾਂ ਦੇ ਨਾਲ ਅਖੰਡ ਕੀਰਤਨੀ ਜੱਥੇ ਦੇ ਭਾਈ ਫੌਜਾ ਸਿੰਘ ਅਤੇ ਕੁਝ ਹੋਰ ਗੁਰੂ ਕੇ ਸਿੱਖ ਨਾਲ ਕੁਝ ਟਕਸਾਲ ਦੇ ਸਿੱਖ ਇਹ ਦੋਵੇਂ ਜਣੇ ਗਏ ਤੇ ਦੋਵੇਂ ਜਣੇ ਜਾ ਕੇ ਇਹਨਾਂ ਨੇ ਉਸ ਆਪਣੇ ਵੱਲੋਂ ਜੱਥੇ ਬਣਾ ਕੇ ਗਏ ਤੇ ਇਹਨਾਂ ਨੇ ਬੜੇ ادب ਸਤਕਾਰ ਦੇ ਨਾਲ ਇੱਕ ਬੇਨਤੀ ਕੀਤੀ ਮੈਂ ਅਸੀਂ ਇੱਥੇ ਤੁਹਾਡੇ ਨਾਲ ਹਥਿਆਰ ਨਹੀਂ ਵਰਤਣਾ ਚਾਹੁੰਦੇ ਅਸੀਂ ਕੋਈ ਇੱਥੇ ਖੂਨ ਨਹੀਂ ਡੋਲਣਾ ਚਾਹੁੰਦੇ ਅਸੀਂ ਤੁਹਾਨੂੰ ਅਲਬ ਸਰਕਾਰ ਨਾਲ ਬੇਨਤੀ ਕਰਨ ਵਾਸਤੇ ਆਏ ਆ ਤੁਸੀਂ ਆਪਣੇ ਧਰਮ ਦੀ ਜੋ ਮਰਜ਼ੀ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਤੁਸੀਂ ਸਿੱਖੀ ਦੇ ਵਿਰੁੱਧ ਕੋਈ ਸ਼ਬਦ ਨਾ ਵਰਤੋ ਕਿਉਂਕਿ ਇਹ ਯੋਗ ਨਹੀਂ ਹੋਵੇਗਾ ਪਰ ਪਿਆਰ ਵਾਲੇ ਉਹ ਉਹਨਾਂ ਉਸੇ ਵੇਲੇ ਆਪਣੇ ਹਥਿਆਰ ਵਰਤੇ ਸਨ ਇੱਕ ਕਲਮੇ ਭੁੱਲ ਗਿਆ ਸਾਂ ਵਿੱਚੋਂ ਮੈਂ ਫਿਰ ਦੁਬਾਰੀ ਬੇਨਤੀ ਕਰਦੀਆਂ ਇਸੇ ਅਵਤਾਰ ਸਿੰਘ ਨੇ ਐਸੇ ਅਵਤਾਰ ਸਿੰਘ ਨੇ ਹੀ ਇੱਕ ਆਪਣੇ ਵੱਲੋਂ ਨਰੰਕਾਰੀ ਦਲ ਬਣਾਇਆ ਸੀ ਜਿਹੜਾ ਇਸ ਗੱਲ ਲਈ ਤਤਪਰ ਰਹਿੰਦਾ ਸੀ ਹਥਿਆਰ ਧਾਰਨ ਕਰਕੇ ਵੀ ਕਦੇ ਕੋਈ ਲੋੜ ਪਈ ਤਾਂ ਅਸੀਂ ਆਪਾਂ ਵਾਰ ਦਿਆਂਗੇ ਉਸ ਤੋਂ ਬਾਅਦ ਅਵਤਾਰ ਸਿੰਘ ਤੋਂ ਬਾਅਦ ਗੁਰਬਚਨਾ ਜਿਹੜਾ ਉਸ ਵੇਲੇ ਦਾ ਇਹ ਕਰਮਕਾਂਢੀ ਦੇ ਵਿੱਚ ਫਸਿਆ ਉਹ ਉਸ ਵੇਲੇ ਗੱਡੀ ਉੱਤੇ ਸੀ ਤੇ ਉਹਨੂੰ ਜਾ ਕੇ ਗੁਰੂ ਕੇ ਸਿੱਖਾਂ ਨੇ ਬੱਚਨ ਆਖੇ ਵੀ ਭਲਿਆ ਇਨੂੰ ਇਹ ਕਰਨਾ ਸ਼ੋਭਦਾ ਨਹੀਂ ਪਰ ਉਹਨਾਂ ਦਾ ਜਿਹੜਾ ਨਰਨਕਾਰੀ ਦਲ ਸੀ ਉਹਨਾਂ ਨੇ ਬਿਨਾ ਕੁਝ ਪੁੱਛ ਪ੍ਰਤੀਤ ਕੀਤੀਆਂ ਬਿਨਾ ਕੁਝ ਗੱਲ ਕੀਤੀਆਂ ਆਖਰਕਾਰ ਗੋਲੀ ਚਲਾ ਦਿੱਤੀ ਉਸ ਗੋਲੀ ਦੇ ਵਿੱਚ 13 ਸਿੱਖ ਸ਼ਹੀਦ ਹੋਏ ਇਹ ਉਸ ਵੇਲੇ ਦੀ ਬੁਨਿਆਦ ਬੰਨੀ ਗਈ ਜਿਹੜੀ ਸਿੱਖੀ ਦੇ ਥੱਲੇ ਅੱਗ ਵਾਲੀ ਗਈ ਉਹ 1978 ਵਿੱਚ ਵਾਲੀ ਗਈ ਹੈ ਜਿਹੜੀ ਸਿੱਖੀ ਦੇ ਕਿਰਦੇ ਵਿੱਚ ਚੰਗਿਆਣੀ ਛੁੱਟੀ ਗਈ ਉਹ 1978 ਵਿੱਚ ਛੁੱਟੀ ਗਈ ਉਸ ਵੇਲੇ ਇਹ ਨੀੜਾ ਬੋਇਆ ਉਹ ਨਰਨਕਾਰੀਆਂ ਨੇ ਬੋਇਆ ਤੇ ਆਖਰਕਾਰ ਜਦੋਂ ਸਿੰਘ ਸ਼ਹੀਦ ਹੋਏ ਉਹਨਾਂ ਦੇ ਲਾਸ਼ਾਂ ਨੂੰ ਸੰਭਾਲਿਆ ਗਿਆ ਜਿਵੇਂ ਕਿਵੇਂ ਇਸ ਗੱਲ ਨੂੰ ਵੀ ਆਪਣੇ ਵੱਲ ਕੋਸ਼ਿਸ਼ ਕੀਤੀ ਗਈ ਪਰ ਇੱਕ ਗੱਲ ਚੇਤਾ ਰੱਖਿਓ ਜੇ ਇਹ ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤੱਕ ਸਿੱਖੀ ਕਿਸੇ ਦੀ ਤੋਹਫੀ ਨਹੀਂ ਕਰਦੀ ਮਤ ਸੋਚਿਓ ਇਸ ਘਰ ਵਿੱਚ ਕੋਈ ਅਵੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਤੋਂ ਵਰਨਾ ਕੋ ਸੰਜਾ ਇਸੇ ਕਿਥੇ ਬੇਪਰਤੀਤਾ ਨਹੀਂ ਕੀਤਾ ਜਾਂਦਾ ਇੱਥੇ ਕਿਸੇ ਦੀ ਤੋਹਫੀ ਨਹੀਂ ਕੀਤੀ ਜਾਂਦੀ ਲੇਕਿਨ ਚੇਤਾ ਰੱਖਿਓ ਜੇ ਕੋਈ ਸਿੱਖੀ ਦੀ ਤੋਹਫੀ ਕਰਨਾ ਚਾਹਵੇ ਤੇ ਸਿੱਖੀ ਉਸ ਤੋਹਫੀ ਨੂੰ ਸਹਾਰਦੀ ਵੀ ਨਹੀਂ ਹੈ ਉਸ ਨੂੰ ਵੀ ਬਰਦਾਸ਼ਤ ਨਹੀਂ ਕਰਦੀ ਤੇ ਕਰਜ ਮੋੜਨਾ ਚਾਹੁੰਦੀ ਹੈ ਆਖਰਕਾਰ ਨਿਰੰਕਾਰੀਆਂ ਦੇ ਨਾਲ ਟਕਰਾ ਪੈਦਾ ਹੋ ਗਿਆ ਜਿਹਦੇ ਕਾਰਨ ਕਰਕੇ ਕੁਝ ਇੱਕ ਇਹੋ ਜੀ ਅੱਗ ਲੱਗੀ ਜਿਹੜੀ ਹਾਲਾਤਾਂ ਨੂੰ ਬਹੁਤ ਪਟਕਾ ਗਈ ਤੇ ਇੱਥੇ ਹੁਣ ਟਕਸਾਲ ਦੇ ਕੋਲ ਦੋ ਕੰਮ ਸਨ ਐ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਪਰ ਮੈਨੂੰ ਪਤਾ ਹੈ ਕਿ ਜਦੋਂ ਮੈਂ ਬਾਹਰ ਨਿਕਲਦਾ ਨਾ ਤੁਸੀਂ ਮੇਰੇ ਬਹੁਤ ਗੱਲ ਪੈਂਦੇ ਹੋ ਤੈਨੂੰ ਇਸ ਗੱਲ ਦਾ ਪਤਾ ਹੈ ਪਰ ਮੈਂ ਬੇਨਤੀ ਕਰਾਂ ਵੀ ਅਜੋਕੇ ਸਮੇਂ ਦੀ ਜਿਹੜੀ ਟਕਸਾਲ ਹੈ ਨਾ ਇਹਦਾ ਕਿਰਦਾਰ ਪੁਰਾਣੇ ਸਮੇਂ ਚ ਉਹ ਨਹੀਂ ਸੀ ਜੋ ਅੱਜ ਹੈ ਮੇਰਾ ਖਿਆਲ ਹੈ ਤੁਸੀਂ ਮੇਰੀ ਗੱਲ ਨੂੰ ਬਰਦਾਸ਼ਤ ਕਰਿਓ ਜੇ ਕਿਉਂਕਿ ਸੱਚ ਹੈ ਅੱਜ ਟਕਸਾਲ ਦਾ ਉਹ ਕਿਰਦਾਰ ਨਹੀਂ ਹੈ ਜੋ ਕਿਰਦਾਰ ਪਹਿਲੇ ਸਮੇਂ ਚ ਸੀ ਦੋ ਚੀਜ਼ਾਂ ਅਗਰ ਸਾਡੇ ਕੋਲ ਸੰਭਾਲ ਕੇ ਅੱਜ ਤੱਕ ਪਹੁੰਚੀਆਂ ਹੋਈਆਂ ਨੇ ਨਾ ਤਾਂ ਉਹਦੇ ਵਿੱਚ ਬਹੁਤ ਵੱਡਾ ਹੱਥ ਟਕਸਾਲ ਦਾ ਹੈ ਪਹਿਲੀ ਗੱਲ ਇਹਨਾਂ ਨੇ ਜਿਹੜੀ ਗੁਰਬਾਣੀ ਹੈ ਨਾ ਕਿਵੇਂ ਕਰੇ ਜੇ ਮੇਰੀ ਬਾਤ ਨੂੰ ਮੈਂ ਫਿਰ ਬੇਨਤੀ ਕਰਾਂ ਟਕਸਾਲ ਦੇ ਕਿਸੇ ਵਿਦਿਆਰਥੀ ਨੇ ਕਦੇ ਕੱਚੀ ਧਾਰਨਾ ਨਹੀਂ ਜਿ ਪੜੀ ਟਕਸਾਲ ਵਿੱਚ ਕੱਚੀ ਧਾਰਨਾ ਕਬੂਲ ਨਹੀਂ ਹੈ ਇੱਕ ਗੁਰਬਾਣੀ ਤੇ ਦੂਜੀ ਕੁਰਬਾਨੀ ਇਹ ਦੋ ਚੀਜ਼ਾਂ ਟਕਸਾਲ ਨੇ ਸੰਭ ਕੇ ਅੱਜ ਤੱਕ ਸਾਡੇ ਤੱਕ ਪਹੁੰਚਾਈਆਂ ਨੇ ਅਗਰ ਗੁਰਬਾਣੀ ਦੇ ਵਿੱਚ ਕੋਈ ਰਲਾ ਨਹੀਂ ਪਾਇਆ ਅਗਰ ਗੁਰਬਾਣੀ ਵਿੱਚ ਕੋਈ ਗਲਤੀ ਨਹੀਂ ਕਿਸੇ ਨੇ ਕੀਤੀ ਤਾਂ ਉਹ ਟਕਸਾਲ ਦੇ ਕਰ ਨਹੀਂ ਕੀਤੀ ਕਿਉਂਕਿ ਟਕਸਾਲ ਨੇ ਹੂਬ ਹੂ ਗੁਰੂ ਕੀ ਬਾਣੀ ਅੱਜ ਤੱਕ ਸਾਡੇ ਤੱਕ ਪਹੁੰਚਾਈ ਹੈ ਬੇਅੰਤ ਅਦਬ ਸਤਕਾਰ ਦੇ ਨਾਲ ਤੇ ਇਸੇ ਟਕਸਾਲ ਨੇ ਕੁਰਬਾਨੀ ਦੇਣੀ ਵੀ ਸਿਖਾਈ ਹੈ ਇਸੇ ਟਕਸਾਲ ਨੇ ਸ਼ਹੀਰ ਵੀ ਪੈਦਾ ਕੀਤੇ ਨੇ ਗੱਲ ਵੱਖਰੀ ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ ਮੇਸ ਕਲਚ ਖੰਡ ਕੀਤੀ ਨਹੀਂ ਜਥਾ ਵੀ ਸ਼ਾਮਲ ਹੈ ਪਰਪੋਤਾ ਪਾਕੇ ਦੇ ਵਿੱਚ ਟਕਸਾਲਦਾ ਰਿਹਾ ਲੇਕਿਨ ਜਿਹੜੀ ਬੇਨਤੀ ਕਰਨ ਲੱਗਾ ਸਾਂ ਉਸ ਵੇਲੇ ਸੰਤ ਜਰਨੈਲ ਸਿੰਘ ਹੋਰਾਂ ਦਾ ਥਾਂ-ਥਾਂ ਤੇ ਜਾ ਕੇ ਅਮਰ ਸੰਚਾਰ ਕਰਨਾ 1977 ਦੇ ਵਿੱਚ ਜਦੋਂ ਸੰਤ ਕਰਤਾਰ ਸਿੰਘ ਜੀ ਖਾਲਸਾ ਉਹਦੋਂ ਐਕਸੀਡੈਂਟ ਦੇ ਦਰਮਿਆਨ ਉਹ ਚੜਾਈ ਕਰ ਗਏ ਤੇ ਉਸ ਤੋਂ ਬਾਅਦ ਇਸ ਸੰ ਜਰਨੈਲ ਸਿੰਘ ਹੋਰੀ ਇਸ ਸੇਵਾ ਦੇ ਵਿੱਚ ਹਾਜ਼ਰ ਹੋਏ ਤੇ ਉਹਨਾਂ ਨੇ ਇੱਕ ਪਰਨ ਕੀਤਾ ਸੀ ਗੁਰੂ ਚਰਨਾਂ ਦੀ ਕਥਾ ਕਰਨੀ ਤੇ ਥਾਂ ਥਾਂ ਤੇ ਅਮਰ ਸੰਚਾਰ ਕਰਨੇ ਪਰ ਇਸ ਅਣਖੀ ਸੂਰਮੇ ਦੇ ਅੰਦਰ ਇੱਕ ਸਿੱਖੀ ਦਾ ਦਰਦ ਇਹ ਵੀ ਸੀ ਕਿ ਜਿੱਥੇ ਕੋਈ ਬੰਦਾ ਸਿੱਖੀ ਦੇ ਲਈ ਮਾਰੇ ਕਰਮ ਕਰਦਾ ਤੇ ਉਹਨੂੰ ਹੁਣ ਜਵਾਬ ਇਹ ਆਪਣੇ ਆਪਣੇ ਤੌਰ ਤੇ ਜਿਹੜੇ ਪਹਿਲੇ ਜਵਾਬ ਦਿੰਦੇ ਰਹੇ ਸਨ ਪਿਆਰ ਨਾਲ ਹੁਣ ਇਹਨਾਂ ਨੇ ਥੋੜਾ ਥੋੜਾ ਨਾਲ ਹਥਿਆਰ ਨਾਲ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਜਿਸ ਦਾ ਕਾਰਨ ਕੀ ਬਣਿਆ ਵੀ ਉਹਨਾਂ ਲੋਕਾਂ ਨੂੰ ਇਹ ਗੱਲ برداشت ਨਹੀਂ ਸੀ ਉਹਨਾਂ ਨੂੰ ਇਹ ਗੱਲ برداشت ਨਹੀਂ ਸੀ अनेका ਥਾਂਾਂ ਤੇ ਵਿਚਰਦੇ ਰਹੇ ਸਰਕਾਰ ਦੀ ਹੁਣ ਪੂਰੀ ਅੱਖ ਇਸ ਅਸਥਾਨ ਉੱਤੇ ਲੱਗ ਗਈ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਇਹ ਜਥਾ ਸੀ ਜਿਹੜਾ ਪ੍ਰਮੁੱਖ ਸਿੱਖਾਂ ਦਾ ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਗਏ ਮੇਰੇ ਖਿਆਲ ਆ ਵੀ ਸ਼ਾਇਦ ਤੁਸੀਂ ਬਹੁਤ ਵਾਰੀ ਪੜਿਆ ਸੁਣਿਆ ਹੋਵੇਗਾ ਇਹ ਕੋਈ ਬਹੁਤੀ ਵੱਡੀ ਬਹੁਤੀ ਪੁਰਾਣੇ ਸਮੇਂ ਦੀ ਗੱਲ ਨਹੀਂ ਹੈ ਉਸ ਵੇਲੇ ਵੀ ਲੀਡਰਾਂ ਨੂੰ ਬਹੁਤ ਕੁਝ ਮਿਲਣ ਦੀ ਆਸ ਸੀ ਪਰ ਸਾਡੇ ਲੀਡਰਾਂ ਨੇ ਉਦੋਂ ਵੀ ਕੁਝ ਨਾ ਕੀਤਾ ਉਦੋਂ ਵੀ ਕੁਝ ਨਾ ਕੀਤਾ ਖੈਰ ਜਿਹੜੀ ਬੇਨਤੀ ਕਰ ਰਿਆ ਸਾਂ ਉਸ ਵੇਲੇ ਸੰਤ ਜਰਨੈਲ ਸਿੰਘ ਜੀ ਹੋਰਾਂ ਨੇ ਜਿੱਥੇ ਜਾਲਮਾਂ ਨੂੰ ਸੋਧਣਾ ਸ਼ੁਰੂ ਕੀਤਾ ਉਥੇ ਉਹਨਾਂ ਲੋਕਾਂ ਦੀ ਅੱਖ ਇਹਨਾਂ ਦੇ ਘਰ ਵੱਲ ਆ ਗਈ ਆਖਰਕਾਰ ਇੱਕ ਫੈਸਲਾ ਕੀਤਾ ਗਿਆ ਕਿ ਹੁਣ ਇੱਕੋ ਇੱਕ ਸਾਧਨ ਹੈ ਅਸੀਂ ਲੋਕਾਂ ਦੀਆਂ ਨਜ਼ਰਾਂ ਵਿੱਚ ਦਿਖ ਪਏ ਹਾਂ ਆਪਣੀ ਇਸ ਵੋਟਾਂ ਨੂੰ ਬਚਾਉਣ ਵਾਸਤੇ ਸੰਸਾਰ ਦੀਆਂ ਨਜ਼ਰਾਂ ਵਿੱਚ ਸੱਚੇ ਹੋਣ ਵਾਸਤੇ ਇਹਨਾਂ ਨੇ ਇੱਕ ਉਪਰਾਧਾ ਕੀਤਾ ਯਾਦ ਰੱਖੋ ਜੇ ਇਹਦੀ ਤਿਆਰੀ ਬਹੁਤ ਸਮਾਂ ਪਹਿਲਾਂ ਹੋ ਚੁੱਕੀ ਹੈ ਐਸਾ ਮਨ ਵਿੱਚ ਭਲੇਖਾ ਨਾ ਰੱਖਣਾ ਕਿ ਇਹ اچانک ਹਮਲਾ ਹੋਇਆ ਇਹਦੀ ਤਿਆਰੀ ਬਹੁਤ ਚਿਰ ਪਹਿਲਾਂ ਹੋਈ ਹੈ ਇਹਦੀ ਤਿਆਰੀ ਦਾ ਮੁੱਢ ਵੱਜਿਆ 15 ਜਨਵਰੀ ਨੂੰ ਜਿਸ ਦਿਨ ਜਨਨਲ ਵੈਧਿਆ ਨੂੰ ਬੁਲਾ ਕੇ ਇੰਦਰਾ ਗਾਂਧੀ ਨੇ ਇੱਕ ਬਚਨ ਆਖਿਆ ਕਹਿਣ ਲੱਗੀ ਵੀ ਮੈਨੂੰ ਇਹ ਤਮੰਨਾ ਹੈ ਇਸ ਦਰਬਾਰ ਸਾਹਿਬ ਨੂੰ ਜਾਂ ਇੱਥੇ ਵਸਤੇ ਕੁਝ ਸਿੱਖਾਂ ਨੂੰ ਅਣਖੀ ਸਿੱਖਾਂ ਨੂੰ ਤੇ ਮੌਤ ਦੇ ਘਾਟ ਉਤਾਰਨਾ ਚਾਹੁੰਦੀ ਹੈ ਤੁਸੀਂ ਇਹਦੇ ਲਈ ਕੋਈ ਨਾ ਕੋਈ ਉਪਰਾਲਾ ਕਰੋ ਉਹਨਾਂ ਨੇ ਬਕਾਇਦਾ ਕੁਝ ਫੋਰਸ ਇਕੱਠੀ ਕਰਕੇ ਉਹਨੂੰ ਸਪੈਸ਼ਲ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਤੇ ਸਾਰਾ ਕੁਝ ਚਲਦਿਆਂ ਚਲਦਿਆਂ ਇਹੋ ਜਿਹਾ ਪਾਣਾ ਵਰਤੇ ਆ ਤੇ ਉਹਨਾਂ ਨੇ ਇਹ ਸਾਰਾ ਕੁਝ ਇਕੱਠਾ ਕਰਕੇ ਜੂਨ ਮਹੀਨੇ ਤੱਕ ਪੂਰੀ ਤਿਆਰੀ ਕਰ ਲਈ ਇੱਕ ਮੈਂ ਬੇਨਤੀ ਤੁਹਾਣਾ ਹੋਰ ਥੋੜੀ ਜਿਹੀ ਪਛੋਕੜ ਦੀ ਕਰਨ ਲੱਗਾ ਹਾਂ ਜਨਰਲ ਵੈਦਿਆ ਉਹਨਾਂ ਦਿਨਾਂ ਵਿੱਚ ਕਿਸੇ ਜਗ੍ਹਾ ਤੇ ਛੁੱਟੀਆਂ ਮਨਾਉਣ ਗਿਆ ਹੋਇਸੀ ਗਰਮੀ ਦੇ ਦਿਨ ਸੀ ਜੂਨ ਦਾ ਮਹੀਨਾ ਸੀ ਪਰ ਉਹਨੂੰ ਉਦੋਂ ਸੱਦ ਲਿਆ ਗਿਆ ਪਹਿਲਾਂ ਸੱਦ ਲਿਆ ਗਿਆ ਤੇ ਤੈਨੂੰ ਜਲਦੀ ਵਾਪਸ ਆਉਣਾ ਪਵੇਗਾ ਕਿਉਂਕਿ ਜਿਹੜੀ ਸਾਡੀ ਸਕੀਮ ਹੈ ਉਹ ਹੁਣ ਇੱਥੇ ਹੱਲਾ ਕਰਨ ਦੀ ਹੈ ਹੁਣ ਤੇ ਆਂਦੇ ਓੜੇ ਇਹ ਤੋਂ ਸੀ ਇਤਿਹਾਸ ਨੂੰ ਬਹੁਤ ਧਿਆਨ ਨਾਲ ਸੁਣਿਆ ਹੋਵੇਗਾ ਨਾ ਪਿਛਲੇ ਦੇ ਸਮੇਂ ਚ ਵੀ ਦੱਸ ਨੇ ਕਈ ਵਾਰੀ ਬੇਨਤੀ ਕੀਤੀ ਹੈ 1733 ਅਤੇ 1734 ਦੋ ਸਾਲ ਜਿਹੜੇ ਨੇ ਨਾ ਉਹ ਸਿੱਖੀ ਉੱਤੇ ਬੜੇ ਵਿਖਮ ਰਹੇ ਨੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ 1726 ਤੋਂ ਲੈ ਕੇ 1745 ਤੱਕ ਜ਼ਕਰੀਆ ਖਾਂ ਜ਼ੁਲਮ ਟੰਡਾ ਰਿਹਾ ਹੈ। અત્યੰਤ ਪਾਪ ਕੀਤੇ ਸਬੰਦੇ ਨੇ। ਉਹਦੇ ਦਰਮਿਆਨ ਇਹਨੇ ਇੱਕ ਫੈਸਲਾ ਕੀਤਾ ਸੀ ਜਦੋਂ ਭਾਈ ਮਨੀ ਸਿੰਘ ਹੋਰੀ ਦਰਬਾਰ ਸਾਹਿਬ ਸਨ ਤੇ ਉਹਨਾਂ ਨੇ ਇੱਕ ਐਲਾਨ ਕੀਤਾ ਵੀ ਆਪਾਂ ਸਮੁੱਚੇ ਕੌਮ ਨੂੰ ਇਕੱਠਿਆਂ ਕਰਕੇ ਇੱਥੇ ਇੱਕ ਸਰਬੱਤ ਖਾਲਸਾ ਸਦੀਏ ਤੇ ਉਦੋਂ ਜਦੋਂ ਜ਼ਕਰੀਆ ਖਾਂ ਕੋਲੋਂ ਆਗਿਆ ਲਈ ਤੇ ਜ਼ਕਰੀਆ ਖਾਂ ਨੇ 5000 ਰੁਪਈਆ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੀ ਸ਼ਰਤ ਦੇ ਉੱਤੇ ਇਹ ਵਿਚਾਰ ਬਣਾਈ ਵੀ ਠੀਕ ਹੈ ਅਸੀਂ ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਆਗਿਆ ਦਿੰਦੇ ਹਾਂ ਤੁਸੀਂ ਇੱਥੇ ਸਰਬੱਤ ਖਾਲਸਾ ਕਾਲ ਤੱਕ ਸਾਹਿਬ ਦੇ ਨਾਲ ਤੇ ਇਕੱਠਾ ਕਰ ਲੋ ਤੇ ਸਾਨੂੰ 5000 ਰੁਪਏ ਦੇਣਾ ਹੋਵੇਗਾ ਇਹਨਾਂ ਅੱਖਾਂ ਠੀਕ ਹੈ ਭਾਈ ਮਾਨੀਤ ਸਿੰਘ ਜੀ ਹੋਰਾਂ ਨੇ ਉਹ ਹੁਕਮਨਾਮੇ ਭੇਜੇ ਸਮੁੱਚੀ ਕੌਮ ਤੱਕ ਗਏ ਬੜਾ ਚਾਹ ਚੜਿਆ ਸਾਰਿਆਂ ਨੂੰ ਤੇ ਸਾਰਿਆਂ ਆਉਣ ਦੀ ਤਿਆਰੀ ਕਰ ਲਈ ਪਰ ਜ਼ਕਰੀਆ ਖਾਂ ਦੀ ਗੱਲ ਇਹ ਆਦ ਰਖੜੇ ਲਿਸ਼ਾ ਬਾਜ ਸਿੰਘ ਸੁਵੇਗ ਸਿੰਘ ਚਰਖੜੀਆਂ ਤੇ ਚੜਿਆ ਗਿਆ ਨਾ ਇਹ ਸਰਕਾਰ ਦੇ ਦਰਮਿਆਨ ਵਿਚੋਲਾ ਹੁੰਦਾ ਸੀ ਸਰਬਰਾ ਹੁੰਦਾ ਸੀ ਇਹ ਇਧਰ ਦੀ ਗੱਲ ਉਧਰ ਉਧਰ ਦੀ ਗੱਲ ਉਧਰ ਪਹਚਾਇਆ ਕਰਦਾ ਸੀ ਸੁਝਾ ਸੀ ਇਹਦੇ ਦੁਆਰਾ ਇੱਕ ਗੱਲ ਦਾ ਪਤਾ ਲੱਗਿਆ ਵੀ ਇਹ ਜਿਹੜੇ ਜ਼ਕਰੀਆ ਖਾਂ ਨੇ ਉਹਨੇ ਇਸ ਲਈ ਫੈਸਲਾ ਕੀਤਾ ਵੀ 5000 ਰੁਪਇਆ ਕਿਹਦਾ ਕਿਉਂਕਿ ਖਾਲਸਾ ਦਾ ਦਸਵੰਦ ਵੀ ਇਕੱਠਾ ਹੋਣਾ ਹੈ ਪੈਸਾ ਵੀ ਬਹੁਤ ਆਵੇਗਾ ਦੂਜੀ ਗੱਲ ਇਹ ਹੋਵੇਗੀ ਵੀ ਇੱਥੇ ਸਾਰਾ ਖਾਲਸਾ ਇਕੱਠਾ ਹੋਇਆ ਹੋਵੇਗਾ ਤੀਜੀ ਗੱਲ ਇਹ ਆ ਵੀ ਆਪਾਂ ਨੂੰ ਥਾਂ-ਥਾਂ ਤੇ ਲੱਭ ਕੇ ਇਹਨਾਂ ਨੂੰ ਖਤਮ ਕਰਨ ਦੀ ਬਜਾਏ ਇੱਕ ਥਾਂ ਤੇ ਇਕੱਠੇ ਹੋਏ ਹੋਵਣਗੇ ਸਾਰੇ ਗੱਲਾਂ ਕਰਕੇ ਇਹਨਾਂ ਨੂੰ ਇੱਕ ਥਾਂ ਦੇ ਉੱਤੇ ਹੀ ਖਤਮ ਕਰ ਦਈਏ ਤਾਂ ਕਿ ਸਾਡਾ ਕੰਮ ਬਹੁਤ ਸੌਖਾ ਹੋ ਸਕੇ ਜਦੋਂ ਇਹ ਸਨੇਹਾ ਭਾਈ ਮਨੀ ਸਿੰਘ ਹੋਰਾਂ ਨੂੰ ਮਿਲਿਆ ਉਹਨਾਂ ਨੇ ਵਾਪਸ ਖਾਲਸੇ ਨੂੰ ਸਨੇਹ ਪੇੜੇ ਪਰ ਐਸ ਵਾਰੀ ਇਕੱਠੇ ਨਾਂ ਦੇ ਹੋਇਓ ਨਹੀਂ ਤੇ ਇਹਨਾਂ ਲੋਕਾਂ ਨੇ ਇੱਕ ਕੌਮ ਦੀ ਨਸਲ ਕੁਸ਼ੀ ਕਰਨ ਵਾਸਤੇ ਵਿਚਾਰ ਬਣਾਈ ਹੈ ਐਸ ਵੇਲੇ ਖਾਲਸੇ ਨੂੰ ਬਹੁਤ ਵਿਖਮ ਪਿੰਡੇ ਵਿੱਚੋਂ ਦੀ ਗੁਜ਼ਰਨਾ ਪੈਣਾ ਤੇ ਇਸ ਲਈ ਬੇਨਤੀ ਹੈ ਵੀ ਤੁਸੀਂ ਦਰਬਾਰ ਸਾਹਿਬ ਨਾਂ ਦੇ ਆਇਓ ਕੋਈ ਸਿੱਖ ਉਦੋਂ ਦਰਬਾਰ ਸਾਹਿਬ ਨਾ ਪਹੁੰਚੇ ਆਖਰਕਾਰ ਇਹਨਾਂ ਨੇ ਵਚਨ ਕੀਤਾ ਪੇਤੋਸੀ ਜਿਹੜਾ 5000 ਰੁਪਿਆ ਸਾਡੇ ਕੋਲੋਂ ਲੈਣਾ ਉਹ ਸਿੱਖਾਂ ਦੀ ਪੇਟਾ ਨਹੀਂ ਆਈ ਤੇ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਪਰ ਜ਼ਕਰੀਆ ਖਾਂ ਇਸ ਗੱਲ ਤੇ ਅੜ ਗਿਆ ਉਹਨੇ ਇੱਕ ਸ਼ਰਤ ਹੋਰ ਰੱਖ ਦਿੱਤੀ ਵੀ ਚਲੋ ਤੁਸੀਂ ਅਗਲੇ ਸਾਲ ਸਰਬਤ ਖਾਲਸਾ ਸਾਧ ਲਓ ਤੇ ਅਗਲੇ ਸਾਲ ਮੈਂ ਤੁਹਾਨੂੰ ਆਗਿਆ ਦੇਵਾਂਗਾ ਪਰ 100000 ਰੁਪਿਆ ਲਵਾਂਗਾ ਯਾਦ ਰੱਖਿਓ ਜੇ 1734 ਦੇ ਵਿੱਚ ਫਿਰ ਦੁਬਾਰੇ ਉਪਰਾਲਾ ਕੀਤਾ ਗਿਆ ਸਰਬਤ ਖਾਲਸਾ ਛੱਡਿਆ ਗਿਆ ਜਦੋਂ ਸਰਬਤ ਖਾਲਸੇ ਦੇ ਬਾਰੇ ਇਹ ਸਾਰੀ ਵਿਚਾਰ ਹੋ ਗਈ ਪੂਰੀ ਤਾਂ ਜ਼ਕਰੀਆ ਖਾਨ ਦੀ ਫਿਰ ਮਲੀਨ ਬੁੱਧੀ ਫਿਰ ਉਹ ਪਾਪ ਭਰੀ ਅੰਦਰ ਦੀ ਵਿਚਾਰ ਉਹ ਜਦੋਂ ਪ੍ਰਗਟ ਹੋਈ ਫਿਰ ਦੁਬਾਰੇ ਖਾਲਸੇ ਨੂੰ ਮਨਾ ਕੀਤਾ ਗਿਆ ਵੀ ਨਹੀਂ ਆਉਣਾ ਕਿਉਂਕਿ ਇਹ ਲੋਕ ਨੇ ਜਿਹੜੇ ਇਹ ਚਾਹੁੰਦੇ ਨਹੀਂ ਵੀ ਸਿੱਖੀ ਦੇ ਬੂਟੇ ਨੂੰ ਕਿਸੇ ਵੇਲੇ ਪੁੱਟ ਦਈਏ ਤਾਂ ਉਦੋਂ ਭਾਈ ਮਨੀ ਸਿੰਘ ਹੋਰਾਂ ਨੇ ਉਹ ਪੈਸੇ ਨਹੀਂ ਸਨ ਜਮਾ ਕਰਵਾਏ ਉਹਨਾਂ ਦਾ ਬੰਦ-ਬੰਦ ਕੱਟਿਆ ਗਿਆ ਮੈਂ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਹੈ ਪਈ ਜੇ ਕੱਲ ਸ਼ੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਹੁੰਦੀ ਨਾ ਤੇ ਖਿਮਾ ਕਰਿਓ ਜੇ ਉਹ ਹੱਲਾ ਅੱਗੇ ਪਿੱਛੇ ਵੀ ਕੀਤਾ ਜਾ ਸਕਦਾ ਸੀ ਫਿਰ ਗੁਰੂ ਅਰਜਨ ਪਾਤਸ਼ਾਹ ਦੇ ਸ਼ਹਾਦਤ ਪੁਰਬ ਤੇਗੀ ਉਹ ਗੱਲਾਂ ਕਿਉਂ ਕੀਤਾ ਕਿਉਂਕਿ ਅੱਜ ਜਿਹੜੀ ਕੌਮ ਹੈ ਨਾ ਉਹ ਬਹੁਤੀ ਇੱਥੇ ਇਕੱਠੀ ਹੋਈ ਹੋਵੇਗੀ ਥਾਂ ਥਾਂ ਤੇ ਖਤਮ ਕਰਨ ਦੀ بجائے ਇਹਨਾਂ ਸਾਰਿਆਂ ਨੂੰ ਇੱਕੋ ਵਾਰੀ ਖਤਮ ਕਰ ਦਈਏ ਇਹਨਾਂ ਦਾ ਕਾਰਨ ਸੀ ਜਰਕੇ ਗੁਰੂ ਅਰਜਨ ਪਾਤਸ਼ਾਹ ਜੀ ਸ਼ਹਾਦਤ ਜਿਹੜੀ ਹੈ ਨਾ ਉਹ ਜਗ ਜਹਰੀ ਬਾਤ ਹੈ ਸਭ ਨੂੰ ਪਤਾ ਵੀ ਇਸ ਦਿਨ ਇਹ ਸ਼ਹਾਦਤ ਮਨਾਈ ਜਾਂਦੀ ਹੈ ਤੇ ਤੁਹਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਦੂਰੋਂ ਨੇੜਿਓਂ ਬੜੇ ਸਿੱਖ ਸੰਗਤਾਂ ਇਕੱਠੀਆਂ ਹੋ ਕੇ ਆਈਆਂ ਤੇ ਉਹਨਾਂ ਨੇ ਗੁਰੂ ਚਰਨਾਂ ਵਿੱਚ ਸ਼ਹਾਦਤ ਦਾ ਪੁਰਬ ਮਨਾਉਣ ਵਾਸਤੇ ਜਦ ਕਿਸੇ ਨੂੰ ਕੋਈ ਪਤਾ ਨਹੀਂ ਹੈ ਇਹ ਉਪਰਾਲਾ ਕੀਤਾ ਗਿਆ ਪਰ ਯਾਦ ਰੱਖਿਓ ਜੇ 3 ਤਰੀਕ ਦੀ ਸ਼ਾਮ ਨੂੰ ਹਾਲਾਂਕਿ ਪ੍ਰਬੰਧ ਸਾਰਾ ਪਹਿਲਾਂ ਕਰ ਲਿਆ ਗਿਆ 3 ਤਰੀਕ ਦੀ ਸ਼ਾਮ ਨੂੰ ਵਕਤ ਦੀ ਹਾਕਮ ਇੰਦਰਾ ਗਾਂਧੀ ਨੇ ਰੇਡੀਓ ਦੇ ਉੱਤੇ ਇੱਕ ਸਪੀਚ ਦਿੱਤੀ ਆਪਣੇ ਵੱਲੋਂ ਇੱਕ ਲੈਕਚਰ ਕੀਤਾ ਵੀ ਦੁਨੀਆ ਦੇ ਅੰਦਰ ਜਿਹੜੇ ਅਸ਼ਾਂਤੀ ਫਲਾ ਰਹੇ ਨੇ ਉਹ ਸਿੱਖ ਫਲਾ ਰਹੇ ਨੇ ਬਹੁਤ ਸੰਖੇਪ ਜਿਹਾ ਲੈਕਚਰ ਸੀ ਤੇ ਇੱਥੇ ਅਗਰ ਅੱਜ ਅਸੀਂ ਸ਼ਾਂਤੀ ਚਾਹੁੰਦੇ ਹਾਂ ਤੇ ਅੱਜ ਸਾਨੂੰ ਚਾਹੀਦਾ ਹੈ ਵੀ ਅਸੀਂ ਇਸ ਸਿੱਖਾਂ ਦੇ ਲਈ ਤਕੜੇ ਹੱਥ ਕਰਕੇ ਇਹਨਾਂ ਨੂੰ ਕਰਾਰੇ ਹੱਥ ਕਰਕੇ ਇਹਨਾਂ ਨੂੰ ਨਿਬੜੀਏ ਮੈਂ ਫੇਰ ਇੱਕ ਵਾਰੀ ਲੜੀ ਰੁਕਣ ਲੱਗਾ ਥਾਂ ਥਾਂ ਤੇ ਮੈਨੂੰ ਇਸ ਗੱਲ ਦਾ ਡਰ ਰਹਿੰਦਾ ਹੈ ਵੀ ਕਿਤੇ ਐਸਾ ਨਾ ਹੋਵੇ ਅਸੀਂ ਸੁਤੰਤਨੂ ਨਾਲ ਲਕੋ ਲਈਏ ਜਿਹੜੇ ਧਰਮ ਦੀ ਜੜ ਪੁੱਟਣਾ ਚਾਹੁੰਦੇ ਨੇ ਨਾ ਜੇ ਕਿਤੇ ਖੁਦ ਇਮਾਨਦਾਰੀ ਨਾਲ ਸਿੱਖਾਂ ਦਾ ਇਤਿਹਾਸ ਨਾ ਵੀ ਪੜਨਾ ਆਪਣਾ ਹੀ ਪੜ ਲੈਣਾ ਮੈਨੂੰ ਪੂਰਨ ਅਸਅ ਸਿੱਖੀ ਦੇ ਪ੍ਰਤੀ ਇਹ ਵਫਾਦਾਰ ਹੋ ਜਾਣਗੇ ਮੈਨੂੰ ਪੂਰਨ ਅਸਅ ਸਿੱਖੀ ਦੇ ਪ੍ਰਤੀ ਅਗਰੇ ਇਮਾਨਦਾਰੀ ਨਾਲ ਆਪਣਾ ਇਤਿਹਾਸ ਵੀ ਪੜ ਲੈਣਾ ਤਾਂ ਸਿੱਖੀ ਪ੍ਰਤੀ ਇਹ ਇਮਾਨਦਾਰ ਹੋ ਜਾਣਗੇ ਕਿਉਂ ਤਿੰਨ ਘਟਨਾਵਾਂ ਵਿੱਚ ਸਿਰਫ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਪਹਿਲੀ ਘਟਨਾ ਸਾਂਝੀ ਕਰਨਾ ਚਾਹਣਾ ਹੈ ਇਹਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਜਿਸ ਤਨ ਮੇਰਾ ਜਨਿਉ ਔਰੰਗਜ਼ੇਬ ਉਤਾਰਦੇ ਅਸੀਂ ਨਾ ਤੇ ਉਸ ਦਿਨ ਮੇਰੇ ਨਾਲ ਖਲੋਣ ਵਾਲਾ ਕੋਈ ਵੀ ਨਹੀਂ। ਸ਼ਿਪਾਵੇਂ ਮੈਂ ਗਿਣ ਨੂੰ 33 ਕਰੋੜ ਦੇਵੀ-ਦੇਵਤੇ ਮੰਨਦਾ। 33 ਕਰੋੜ ਦੇਵੀ-ਦੇਵਤੇ ਮੰਨਦਾ ਭਾਵੇਂ ਮੈਂ ਕਹਿਣ ਨੂੰ ਲੇਕਿਨ ਕੋਈ ਮੰਦਰ ਕੋਈ ਮੇਰਾ ਉਸ ਵੇਲੇ ਦਾ ਦੇਵੀ ਉਸ ਵੇਲੇ ਤੇ ਕੋਈ ਦੇਵਤਾ ਕੋਈ ਇੱਕ ਵੀ ਅਦੇਹਾ ਨਹੀਂ ਸੀ ਜਿਹਦੇ ਕੋਲ ਖਲੋਕੇ ਮੈਂ ਇੱਕ ਗੱਲ ਕਹਿ ਸਕਦਾ ਹੋਵਾਂ ਵੀ ਮੈਨੂੰ ਤੁਸੀਂ ਕਿਰਪਾ ਕਰਕੇ ਮੇਰਾ ਲਹਿੰਦਾ ਜਨੇਊ ਬਚਾ ਲੋ ਲੇਕਿਨ ਉਹਨਾਂ ਨੇ ਇੱਕ ਵਾਰ ਹੀ ਆਕੇ ਇਤਿਹਾਸ ਵਿੱਚ ਬੜੀ ਪਿਆਰੀ ਘਟਨਾ ਇੱਕ ਵਾਰੀ ਆਕੇ ਗੁਰੂ ਚਰਨਾ ਵਿੱਚ ਬੇਨਤੀ ਕੀਤੀ ਉਹਨਾਂ ਕੋਈ ਮਹੀਨਾ ਪਰ ਬੇਨਤੀਆਂ ਨਹੀਂ ਜੇ ਕੀਤੀਆਂ ਉਹਨਾਂ ਕੋਈ ਲੰਮਾ ਸਮਾਂ ਬੇਨਤੀਆਂ ਨਹੀਂ ਕੀਤੀਆਂ ਉਹਨਾਂ ਕਿਸੇ ਦੀ ਕੋਈ ਸ਼ਿਫਾਰਿਸ਼ ਨਹੀਂ ਪੁਵਾਈ ਉਹਨਾਂ ਕਿਸੇ ਨੂੰ ਕੋਈ ਵੱਖਰੇ ਤੌਰ ਤੇ ਨਹੀਂ ਲੈ ਕੇ ਆਏ ਕੇਵਲ ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕੀਤੀ ਸਤਿਗੁਰੂ ਆਮੇ ਕਿ ਤੇਰਾ ਜਿਨੇਉ ਨਾਲ ਕੋਈ ਵਾਸਤਾ ਨਹੀਂ ਤੂੰ ਪਹਿਲੇ ਜਾਮੇ ਵਿੱਚ ਇਹਨੂੰ ਨਕਾਰ ਬੈਠਾ ਹੋਇਆ ਪਰ ਲੇਕਿਨ ਅੱਜ ਸਾਨੂੰ ਜ਼ਰੂਰਤ ਹੈ ਸਾਡਾ ਜਿਨੇਉ ਲੱਥ ਰਿਹਾ ਹੈ ਅਗਰ ਉਹਨੂੰ ਕੋਈ ਬਚਾ ਸਕਦਾ ਤਾਂ ਤੇਰਾ ਘਰ ਬਚਾ ਸਕਦਾ ਯਾਦ ਰੱਖੋ ਜੇ ਪੌਣੇ 9 ਸਾਲਾਂ ਦੀ ਉਮਰ ਵਿੱਚ ਜਿਹੜੇ ਘਰ ਨੇ ਤੇਰਾ ਜਿਨੇਊ ਬਚਾਉਣ ਵਾਸਤੇ ਆਪਣੇ ਪਿਤਾ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰਵਾ ਦਿੱਤਾ ਸੀ ਸਜਣਾ ਤੂੰ ਉਸੇ ਘਰ ਨੂੰ ਤੀਲੀ ਲਾ ਕੇ ਯਾਦ ਰੱਖੀ ਤੂੰ ਆਪਣੇ ਜਿਨੇਊ ਦਾ ਵਫਾਦਾਰ ਨਹੀਂ ਸਾਡੀਆਂ ਗੱਲਾਂ ਛੱਡ ਤੂੰ ਆਪਣੇ ਜਿਨੇਊ ਦਾ ਵੀ ਵਫਾਦਾਰ ਨਹੀਂ ਜੇ ਤੂੰ ਇਸ ਘਰ ਨੂੰ ਤੀਲੀ ਲਾਉਣਾ ਚਾਹੁੰਦਾ ਦੂਸਰੀ ਬੇਨਤੀ ਕਰਾਂ ਮਹਿਮੂਦ ਗਜ਼ਨਵੀ ਆਪ ਸਾਰੇ ਜਾਣਦੇ ਹੋ ਵੀ ਉਹਨੇ ਕਈ ਹੱਲੇ ਕੀਤੇ ਨੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇੰਨੀ ਵਫਾਦਾਰ ਕੌਮ ਸੀ ਇਹ ਮਹਿਮੂਦ ਗਜ਼ਨਵੀ ਨੇ ਸ਼ੋਮਨਾਥ ਮੰਦਿਰ ਦੇ ਦਰਵਾਜੇ ਲਾਏ ਕਿਉਂਕਿ ਸੋਨੇ ਦੇ ਸਨ ਜਦੋਂ ਸੋਨੇ ਦੇ ਦਰਵਾਜੇ ਲਾ ਕੇ ਲੈ ਕੇ ਜਾ ਰਿਹਾ ਹੈ ਖਾਲਸੇ ਨੇ ਉਹਨੂੰ ਰਸਤੇ ਵਿੱਚ ਲੁੱਟਿਆ ਖਾਲਸੇ ਨੇ ਲੁੱਟ ਕੇ ਉਹ ਜਿਹੜੇ ਦਰਵਾਜੇ ਸਨ ਉਹ ਵਾਪਸ ਇਨ੍ਹਾਂ ਵੀਰਾਂ ਦੇ ਕੋਲ ਲੈ ਕੇ ਗਏ ਵੀ ਤੁਹਾਡੇ ਮੰਦਰ ਦੇ ਦਰਵਾਜੇ ਨੇ ਤੁਸੀਂ ਲੈ ਲਓ ਸਾਨੂੰ ਕੋਈ ਇਤਰਾਜ਼ ਨਹੀਂ ਤੁਹਾਡੇ ਮੰਦਰ ਦੇ ਦਰਵਾਜੇ ਨੇ ਅਸੀਂ ਤੁਹਾਡੀ ਖਾਤਰ ਛੜਾ ਲਿਆਂਦੇ ਤਾਂ ਕੀ ਹੋਇਆ ਮੰਦਰ ਅਸੀਂ ਵੀ ਧਾਰਮਿਕ ਸਥਾਨ ਹੀ ਮੰਨਦੇ ਆ ਸਾਡੀ ਨਜ਼ਰ ਵਿੱਚ ਕੋਈ ਵੱਖਰਾ ਨਹੀਂ ਹੈ ਤੇ ਇਨ੍ਹਾਂ ਨੇ ਉਹ ਦਰਵਾਜੇ ਨਾ ਰੱਖੇ ਵੀ ਇਹ ਪਿੱਟੇ ਗਏ ਨੇ ਇਹਨਾਂ ਨੂੰ ਉਹਨਾਂ ਤੁਰਕਾਂ ਦੇ ਹੱਥ ਲੱਗੇ ਨੇ ਮਲੇਸ਼ੀਆ ਦੇ ਹੱਥ ਲੱਗੇ ਨੇ ਤੇ ਇਹ ਅਸੀਂ ਹੁਣ ਨਹੀਂ ਲੈਣੇ ਗੱਲ ਵੱਖਰੀ ਹੈ ਪਰ ਲੇਕਿਨ ਸਜਣਾ ਤੂੰ ਇਹ ਕੁਰਬਾਨੀਆਂ ਨੂੰ ਕਿਵੇਂ ਭੁੱਲ ਸਕਦਾ ਹੈ ਮੰਦਰ ਤੇਰਾ ਮੰਦਰ ਤੇਰਾ ਔਰ ਤੇਰੇ ਮੰਦਰ ਦੇ ਦਰਵਾਜੇ ਉੱtre ਹੋਵਣ ਸਿੱਖ ਆਪਣਾ ਲਹੂ ਢੋਲ ਕੇ ਜ਼ਾਰਮ ਨੂੰ ਸੋਧਾ ਲਾ ਕੇ ਤੇ ਉਹ ਦਰਵਾਜੇ ਵਾਪਸ ਲੈ ਕੇ ਆਉਂਦੇ ਨੇ ਤੇ ਉਦੋਂ ਵੀ ਤੂੰ ਇਸ ਗੱਲ ਨੂੰ ਭੁੱਲ ਗਿਆ ਤੀਜੀ ਉਦਾਹਰਨ ਦੇਣੀ ਚਾਹੁੰਦਾ ਤੀਜੀ ਉਦਾਹਰਨ ਇਹ ਹੈ ਇਤਿਹਾਸ ਦੇ ਅਨੇਕਾਂ ਪੰਨਿਆਂ ਉੱਤੇ ਗਾਥਾ ਉੱਕਰੀ ਹੋਈ ਹੈ ਇੱਕ ਤੇ ਨਹੀਂ ਅਨੇਕਾਂ ਪੰਨਿਆਂ ਦੇ ਉੱਤੇ ਗਾਥਾ ਉੱਕਰੀ ਹੋਈ ਹੈ ਮੈਂ ਇੱਕ ਦੋ ਉਦਾਹਰਨਾਂ ਦੇ ਦਿੰਦਾ ਜਿਵੇਂ ਹਰ ਸ਼ਰਨ ਕੌਰ ਜਦ ਹੀ ਹਰੀ ਸਿੰਘ ਨਲੂਏ ਦੇ ਵੇਲੇ ਜਮਰੌਧ ਦੇ ਕਿਲੇ ਵਿੱਚ ਇੱਕ ਚਿੱਠੀ ਲੈ ਕੇ ਜਾਂਦੀ ਹੈ ਉਹ ਹਰਸ਼ਰਨ ਕੌਰ ਸ਼ਰਨੀ ਇੱਕ Hindu ਘਰਾਣੇ ਦੇ ਵਿੱਚੋਂ ਪੈਦਾ ਹੋਈ ਬੱਚੀ ਹੈ ਜਦੋਂ ਇਹਦਾ ਰਸਤੇ ਵਿੱਚ ਡੋਲਾ ਲੁੱਟਿਆ ਗਿਆ ਹਰੀ ਸਿੰਘ ਨਲੂਏ ਤੇ ਗੁਰੂ ਕੇ ਸਿੱਖਾਂ ਨੇ ਬਚਾਇਆ ਇਹਦਾ ਡੋਲਾ ਲਿਆ ਕੇ ਵਾਪਸ ਇਹਦੇ ਪਤੀ ਦੇ ਹੱਥ ਦੇਣ ਲੱਗੇ ਭਿ ਲੈ ਜਾ ਬੱਚੀਏ ਤੂੰ ਆਪਣੇ ਸਹੁਰੇ ਘਰ ਜਾ ਤੇ ਉਦੋਂ ਉਹ ਸਰ ਸ਼ਰਨੀ ਨੇ ਆਪਣੇ ਵੀਰ ਦੇ ਕੋਲ ਇੱਕ ਬਚਨ ਆਖਿਆ ਸੀ ਕਹਿਣ ਲੱਗੀ ਹਰੀ ਸਿੰਘਾ ਉਹ ਵੀਰਾ ਜਿਨ੍ਹਾਂ ਦੇ ਕੋਲੋਂ ਮੈਨੂੰ ਪਹਿਲਾਂ ਅਗਲੇ ਲੈ ਕੇ ਚਲੇ ਗਏ ਸਨ ਉਹਨਾਂ ਨੇ ਚਾਰ ਕਦਮ ਨਹੀਂ ਤੁਰਨ ਦੇਣਾ ਉਹਨਾਂ ਫੇਰ ਮੈਨੂੰ ਲੈ ਜਾਣਾ ਜੇ ਤੂੰ ਮੈਨੂੰ ਭੈਣ ਕੇ ਆ ਨਾ ਤਾਂ ਮੈਂ ਨਹੀਂ ਚਾਹੁੰਦੀ ਐਡੀ ਸੂਰਮੇ ਦੀ ਪੈਣ ਜਿਹੜੀ ਉਹ ਬਗਾਨਿਆਂ ਦੇ ਬੂਹਿਆਂ ਤੇ ਰੁਲੇ ਤੂੰ ਐਡਾ ਅਣਖੀ ਸੂਰਮੇ ਤੇ ਫਿਰ ਆਪਣੀ ਭੈਣ ਦੀ ਬਾਹ ਪਕੜ ਆਪਣੇ ਨਾਲ ਰੱਖ ਉਹਨੇ ਇੱਕ ਬਚਨ ਆਖਿਆ ਸੀ ਕਹਿਣ ਲੱਗੀ ਮੈਂ ਤੈਨੂੰ ਨਾਲ ਰੱਖ ਸਕਦਾ ਪਰ ਜੇ ਮੇਰਾ ਕੋਈ ਘਰ ਬਣਿਆ ਹੁੰਦਾ ਮੈਂ ਇੱਥੇ ਜੰਗਲਾਂ 'ਚ ਰਹਿਣਾ ਕਹਿਣ ਲੱਗੀ ਵੀਰਾ ਜਿੱਥੇ ਜੰਗਲਾਂ 'ਚ ਤੂੰ ਰਹਿਣਾ ਯਾਦ ਰੱਖੀ ਜਿਹੜਾ ਅੰਮ੍ਰਿਤ ਛਾ ਕੇ ਤੂੰ ਐਡਾ ਕਿਰਦਾਰ ਬਣਾਇਆ ਹੋਇਆ ਮੈਨੂੰ ਅੰਮ੍ਰਿਤ ਛਾ ਲੈ ਮੈਂ ਉਸੇ ਕਿਰਦਾਰ ਵਿੱਚ ਜੀਵਾਂਗੀ ਜਦੋਂ ਹਰੀ ਸਿੰਘ ਨਰੂਏ ਨੇ ਉਹ ਚਿੱਠੀ ਭੇਜਣੀ ਸੀ ਜਮਰੌਧ ਦੇ ਕਿਲੇ ਵਿੱਚੋਂ ਤਾਂ ਉਦੋਂ ਉਹ ਸਰਚਰਨ ਕੌਰ ਨੇ ਬਚਨ ਆਖਿਆ ਸੀ ਕਹਿਣ ਲੱਗੀ ਮੇਰੀ ਖਾਤਰ ਖੂਨ ਡੋਲਣ ਵਾਲਿਆ ਅੱਜ ਮੈਂ ਪੰਤ ਖਾਲਸੇ ਦੀ ਖਾਤਰ ਖੂਨ ਡੋਲ ਕੇ ਜਾਵਾਂਗੀ ਤੇ ਅੱਜ ਚਿੱਠੀ ਮੈਂ ਪਹਚਾ ਕੇ ਆਵਾਂਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਦੋਂ 2200 ਲੜਕੀ ਜੱਸਾ ਸਿੰਘ ਰਾਮ ਗੜੀਏ ਨੇ ਰਸਤੇ ਵਿੱਚੋਂ ਜੱਸਾ ਸਿੰਘ ਆਧੂ ਵਾਲੀਏ ਨੇ ਰਸਤੇ ਵਿੱਚੋਂ ਛਡਾ ਕੇ ਜ਼ਾਲਮ ਦੇ ਕੋਲੋਂ ਤੇ ਉਹ ਲੜਕੀਆਂ 2200 ਉਹਨਾਂ ਦੇ ਘਰ ਘਰ ਪਹਚਾਈਆਂ ਸਨ ਸੱਜਣਾ ਜੇ ਤੂੰ ਅੱਜ ਵੀ ਚਾਹੁੰਦਾ ਹੈ ਨਾ ਮੇਰੀ ਧੀ ਬੱਚੀ ਵੱਲ ਕੋਈ ਅੱਖ ਚੁੱਕ ਕੇ ਨਾ ਵੇਖੇ ਫਿਰ ਸਿੱਖ ਦਾ ਕਰ ਬਰਬਾਦ ਨਾ ਕਰੀ ਕਿਉਂਕਿ ਤੇਰੇ ਦੇਸ਼ ਦੀ ਰੀੜ ਦੀ ਹੱਡੀ ਹੈ ਜੇ ਤੂੰ ਇਹਨੂੰ ਤੋੜੇਗਾ ਨਾ ਤਾਂ ਚੇਤਾ ਰੱਖੀ ਸਾਰੇ ਅੰਗ ਭਾਵੇਂ ਚੱਲਦੇ ਹੋਣ ਬੰਦਾ ਬਿਸਤਰ ਤੋਂ ਉੱਠ ਨਹੀਂ ਸਕੇਗਾ ਤੂੰ ਮੁੜ ਕੇ ਉੱਠਣ ਜੋਗਾ ਨਹੀਂ ਰਹਿ ਜਾਏਗਾ ਮਤ ਸੋਚੀਏ ਤੇਰੀ ਰੀੜ ਦੀ ਹੱਡੀ ਰਹੇ ਨੇ ਸਿੱਖ ਜਣੇ ਰਹੇ ਨੇ ਉਹ ਹਿੰਦੁਸਤਾਨ ਦੀ ਰੀੜ ਦੀ ਹੱਡੀ ਬਣ ਕੇ ਰਹੇ ਨੇ ਫਿਰ ਬੇਨਤੀ ਕਰਾਂ ਅਪਸ਼ਰੇ ਦੇ ਨਾਲ ਚਿ ਤੁਹਾਡੇ ਨਾਲ ਸਾਝ ਪਾਈ ਸੀ ਦੁਵਾਰਕਾ ਦਾਸ ਦੀ ਘਰ ਵਾਲੀ ਨੂੰ ਉਸ ਵੇਲੇ ਦਾ ਬੱਸੀ ਕਲਾਂ ਦਾ ਜਾਬਰ ਖਾਂ ਉਹ ਚੁੱਕ ਕੇ ਲੈ ਜਾਂਦਾ ਹੈ ਬਾਬਾ ਅਜੀਤ ਸਿੰਘ ਤੇ ਭਾਈ ਉਦੇਸ਼ ਸਿੰਘ ਉਹਨੂੰ ਛਡਾ ਕੇ ਲੈ ਕੇ ਓਧੇ ਘਰ ਵਾਲੀ ਉਹਦੇ ਹਵਾਲੇ ਕਰਦੇ ਨੇ ਮੈਂ ਇੰਨੀਆਂ ਕੁ ਧਾਰਨਾ ਤੁਹਾਡੇ ਨਾਲ ਤਾਂ ਸਾਂਝੀਆਂ ਕੀਤੀਆਂ ਨੇ ਸੱਜਣਾ ਇਹ ਮਤ ਸੋਚੀ ਗੁਰਮੰਦਰ ਸਾਹਿਬ ਸਿੱਖਾਂ ਦਾ ਹੈ ਇੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ ਨਿਸ਼ਾਨ ਸਾਹਿਬ ਇਸੇ ਲਈ ਉੱਚਾ ਕਰਕੇ ਲਾਇਆ ਜਾਂਦਾ ਹੈ ਜੇ ਤੇਰੀ ਪੱਤ ਦੀ ਜ਼ਰੂਰਤ ਹੈ ਤਾਂ ਇੱਥੇ ਆ ਜਾ ਇੱਥੇ ਸੂਰਮੇ ਉਹ ਵਸਤੇ ਨੇ ਜਿਹੜੇ ਕੜਾ ਪ੍ਰਸ਼ਾਦ ਵਿੱਚ ਵੀ ਕਿਰਪਾਨ ਭੇਟਾ ਕਰਦੇ ਨੇ ਇੱਥੇ ਸੂਰਮੇ ਉਹ ਵਸਤੇ ਨੇ ਜਿਹੜੇ ਖੰਡੇ ਘੋਲ ਕੇ ਅੰਮ੍ਰਿਤ ਬਣਾਉਂਦੇ ਨੇ ਇੱਥੇ ਸੂਰਮੇ ਉਹ ਵਸਤੇ ਨੇ ਜਿਹੜੇ ਗਲ 'ਚ ਕਿਰਪਾਨ ਪਾ ਕੇ ਰੱਖਦੇ ਨੇ ਇੱਥੇ ਸੂਰਮੇ ਉਹ ਵਸਤੇ ਨੇ ਜਿਹੜੇ ਪਹਿਲਾਂ ਮਰਨ ਕਬੂਲ ਦਾ ਸਬਕ ਪੜਦੇ ਨੇ ਤੈਨੂੰ ਕੋਈ ਲੋੜ ਪਈ ਤੇ ਆਪਾ ਵਾਰ ਜਣਗੇ ਇਹ ਨਹੀਂ ਕਹਿਣਗੇ ਤੂੰ ਮੇਰੇ ਧਰਮ ਵਿੱਚੋਂ ਨਹੀਂ ਹੈਂ ਜੇ ਤੈਨੂੰ ਕਿਸੇ ਕੱਪੜੇ ਦੀ ਜੇ ਤੈਨੂੰ ਕਿਸੇ ਦੁਨਿਆਵੀ ਤੌਰ ਤੇ ਪ੍ਰਸ਼ਾਦੇ ਪਾਣੀ ਦੀ ਲੋੜ ਹੈ ਤਰ ਵੀ ਗੁਰੂ ਕਰਦਾ ਨਿਸ਼ਾਨ ਉੱਚਾ ਉੱਠ ਕੇ ਇੱਕ ਦੁਨੀਆਂ ਨੂੰ ਸਨੇਹਾ ਦਿੰਦਾ ਹੈ ਤੂੰ ਆ ਮੇਰੇ ਕੋਲ ਖੈਰ ਮੈਂ ਗੱਲ ਇਹੜੀ ਰੱਖਣੀ ਚਾਹੁੰਦਾ ਇਹਨਾਂ ਲੋਕਾਂ ਨੇ ਇੱਕ ਫੈਸਲਾ ਕੀਤਾ ਕਿ ਸਿੱਖੀ ਦਾ ਕਾਨ ਕਰਨ ਵਾਸਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦਾ ਸ਼ਹਾਦਤ ਦਾ ਦਿਨ ਚੁਣਿਆ ਗਿਆ ਸਿੱਖ ਸੰਗਤ ਅੰਦੂਰੋਂ ਪਰਉ ਆਈਆਂ ਸਨ ਜਨਰ ਬੇਦੀਆਂ ਨੂੰ ਵਾਪਸ ਬੁਲਾਇਆ ਗਿਆ ਤੇ ਆਖਰਕਾਰ ਉਹਨਾਂ ਨੇ ਇੱਕ ਨਕਸ਼ੇ ਦੇ ਉੱਤੇ ਆਪਣੇ ਪ੍ਰਮੁੱਖ ਬੰਦਿਆਂ ਨੂੰ ਸਾਰੀ ਕਹਾਣੀ ਸਮਝਾਈ ਦਰਬਾਤ ਸਾਹਿਬ ਦਾ ਮਾਡਲ ਬਣਾ ਕੇ ਉਹਨੂੰ 5 ਮਹੀਨੇ ਪਹਿਲਾਂ ਦੀ ਵੀ ਇਲਾਕੇ ਟ੍ਰੇਨਿੰਗ ਦਿੱਤੀ ਹੋਈ ਹੈ ਪਰ ਇਸ਼ਾਰੀ ਤਿਆਰੀ ਕੀਤੀ ਗਈ ਵੀ ਇਵੇਂ ਦਰਬਾਤ ਸਾਹਿਬ ਦੇ ਉੱਤੇ ਹੱਲਾ ਕਰਨਾ ਹੈ ਇਹਲਾ ਮੁਖੀਆ ਬਣਾਇਆ ਗਿਆ ਕੁਲਦੀਪ ਸਿੰਘ ਬਰਾੜ ਨੂੰ ਇੱਕਲੀਨ ਸ਼ੇਪ ਸੀ ਮੋਗੇ ਦੇ ਇਲਾਕੇ ਦਾ ਪੱਤੋਪਿੰਡ ਦਾ ਰਹਿਣ ਵਾਲਾ ਇਹ ਮੋਗੇ ਦੇ ਇਲਾਕੇ ਵਿੱਚ ਇਹਦਾ ਘਰ ਸੀ ਇੱਕ ਅਰਜ਼ ਫੇਰ ਕਰਾਂ ਮੈਂ ਹੱਥ ਜੋੜ ਤੁਹਾਡੇ ਅੱਗੇ ਤਰਲਾ ਲੈਣ ਲੱਗਾ ਹਾਂ ਮੈਨੂੰ ਪਤਾ ਵੀ ਮੇਰੀ ਗੱਲ ਦਾ ਕੋਈ ਬੜਾ ਅਸਰ ਵੀ ਨਹੀਂ ਪਰ ਮੈਂ ਬੇਨਤੀ ਕਰਾਂ ਇਹ ਜ਼ਾਲਮ ਦੀ ਪਹਿਲੇ ਦਿਨ ਤੋਂ ਨੀਤੀ ਰਹੀ ਹੈ ਜਿਉਂ ਨੇ ਸਿੱਖ ਕੋਲ ਦੇ ਹੱਥ ਬੰੂਕ ਪਕੜਾਈ ਹੈ ਨਾ ਤੇ ਜਿਹਦੀ ਹਿੱਕ ਤੇ ਰੱਖੀ ਹੈ ਨਾ ਉਹਨੇ ਸਿੱਖ ਦੀ ਹਿੱਕ ਤੇ ਰਖਵਾਈ ਹੈ ਸਿੱਖ ਹੀ ਬੰੂਕ ਚਲਾਉਣ ਵਾਲਾ ਹੈ ਸਿੱਖ ਹੀ ਸਿੱਖ ਦੀ ਹਿੱਕ ਤੇ ਰੱਖਣ ਵਾਲਾ ਕਿਉਂਕਿ ਜ਼ਾਲਮ ਦੀ ਇਹ ਨੀਤੀ ਰਹੀ ਹੈ ਜਦੋਂ ਵੀ ਕਦੇ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਹਾਰੀਆਂ ਗੱਲਾਂ ਮੈਂ ਖੋਲ ਵੀ ਨਹੀਂ ਸਕਦਾ ਤੁਸੀਂ ਸਮਝਦੇ ਹੋ ਮੇਰੀ ਬਾਤ ਨੂੰ ਜੇ ਕਦੇ ਇਹਨਾਂ ਨੇ ਉਸ ਵੇਲੇ ਹੱਲਾ ਵੀ ਕਰਵਾਉਣ ਦੀ ਅਗਰ ਜ਼ਿੰਮੇਵਾਰੀ ਦਿੱਤੀ ਉਹ ਵੀ ਸਿੱਖੀ ਰੂਪ ਵਿੱਚ ਗਿਆਨੀ ਜਰਨੈਲ ਸਿੰਘ ਹੋਇਆ ਤੇ ਜੈਲ ਸਿੰਘ ਹੋਇਆ ਕਿ ਮੈਂ ਕਰਿਓ ਗਿਆਨੀ ਜੈਲ ਸਿੰਘ ਹੋਇਆ ਤੇ ਜਦੋਂ ਕਦੇ ਮਾਫੀ ਮੰਗਣ ਦੀ ਗੱਲ ਕਰੀ ਖਿਮਾ ਕਰਿਓ ਆ ਪਿਛਲੇ ਰੇ ਦਾ ਹੱਕੇ ਦੀ ਵੀ ਗਾਲੇ ਪਿਛਲੇ ਸਾਲਾਂ ਦੀ ਗਾਲੇ ਉਦੋਂ ਵੀ ਸਿੱਖ ਨੇ ਸਿਰ ਤੇ ਪੱਗ ਹੈ ਮਾਫੀ ਵੀ ਸਿੱਖ ਕੋਲੋਂ ਹੀ ਮੰਗਵਾਈ ਹੈ ਤਾਂ ਕਿ ਆਉਣ ਵਾਲਾ ਸਮਾਂ ਇਹ ਨਾ ਕਦੇ ਵੀ ਅਸੀਂ ਕਿਸੇ ਵੇਲੇ ਦੋਸ਼ੀ ਸੀ ਸਿੱਖ ਹੀ ਕਦੇ ਵੀ ਸਿੱਖ ਦੋਸ਼ੀ ਹੋਣਗੇ ਤਾਂ ਕਿ ਇਹੋ ਜਿਹੀ ਗੱਲ ਇਹ ਲੋਕ ਬਹੁਤ ਚਲਾਕ ਰਹੇ ਨੇ ਹਨਾਨੀ ਦੀ ਗੱਲ ਹੈ ਪਰ ਸਿੱਖ ਨਹੀਂ ਸਮਝ ਸਕਿਆ ਅੱਜ ਵੀ ਜੇ ਸਿੱਖ ਦਾੜੀ ਪੁੱਟਦੇ ਤਾਂ ਸਿੱਖ ਦੀ ਉਹ ਪੁੱਟਦੇ ਜ਼ਾਲਮ ਨੂੰ ਸੋਧਣ ਨੂੰ ਅੱਜ ਵੀ ਨਹੀਂ ਇਹ ਸੋਚਦਾ ਅੱਜ ਵੀ ਅਸੀਂ ਜਿੰਨੀਆਂ ਧੜੇ ਬੰਦੀਆਂ ਨੇ ਉਹਨੀਆਂ ਸਾਡੀਆਂ ਜਥੇਬੰਦੀਆਂ ਨਹੀਂ ਜਿੰਨੀਆਂ ਅੱਜ ਛੜੀਆਂ ਧੜੇ ਬੰਦੀਆਂ ਨੇ ਉਹਨੀਆਂ ਜਥੇਬੰਦੀਆਂ ਨਹੀਂ ਸਾਡੇ ਅੰਦਰ ਪੰਚਾਂ ਕਾ ਗੁਰ ਏਕ ਧਿਆਨ ਵਾਲੀ ਬਾਤ ਅੱਜ ਵੀ ਨਹੀਂ ਹੈ ਕੁਲਦੀਪ ਸਿੰਘ ਬਰਾੜ ਮੋਕੇ ਦੇ ਇਆਕੇ ਦਾ ਹੈ ਕਲੀਨ ਸ਼ੇਪ ਹੈ ਇਹਦੇ ਅੰਦਰ ਇਹੋ ਜਿਹਾ ਦਰਦ ਭਰਿਆ ਗਿਆ ਦੇਸ਼ ਦੇ ਬਾਰੇ ਵਿੱਚ ਇਹਨੂੰ ਇਹ ਗੱਲ ਸਮਝਾ ਦਿੱਤੀ ਗਈ ਵੀ ਸੱਜਣਾ ਅੱਜ ਤੈਨੂੰ ਦਰਬਾਰ ਸਾਹਿਬ ਦਰਬਾਰ ਸਾਹਿਬ ਨਜ਼ਰ ਨਾ ਆਵੇ ਐਨੇ ਅੰਦਰ ਇਹੋ ਜੀ ਅੱਗ ਭਰੀ ਗਈ ਅੱਜ ਤੈਨੂੰ ਇਹ ਧੰਨ ਗੁਰੂ ਅਰਜਨ ਪਾਤਸ਼ਾਹ ਦਾ ਘਰ ਗੁਰੂ ਅਰਜਨ ਪਾਤਸ਼ਾਹ ਦਾ ਘਰ ਨਾ ਨਜ਼ਰ ਆਵੇ ਅੱਜ ਤੈਨੂੰ ਇਹ ਸ਼ਾਂਤੀ ਵਾਲਾ ਘਰ ਮੈਂ ਤੇ ਕਈ ਵਾਰੀ ਬੇਨਤੀ ਕਰਨਾ ਉਹ ਨਵਾਂ ਆ ਜਿਹੜੀ ਸ਼ਬੀਰ ਵੀ ਵਰਤਾਉਂਦੇ ਨੇ ਨਾ ਤੁਸੀਂ ਕਦੇ ਧਿਆਨ ਨਾਲ ਦੇਖਿਓ ਪਤਾ ਨਹੀਂ ਕਿਹੜੇ ਦਰਦੀ ਨੇ ਸ਼ੁਰੂ ਕੀਤੀ ਹੋਵੇਗੀ ਏ ਉਹ ਸ਼ਬੀਰ ਵੀ ਵਰਤਾਉਂਦੇ ਉਦੋਂ ਅਸੀਂ ਕੋਈ ਗੱਲ ਦੱਸ ਨਹੀਂ ਹਾਲ ਲੋਕਾਂ ਨੂੰ ਦਿੰਨੇ ਉਹ ਭਲਿਆ ਅੱਜ ਦੇ ਦਿਨ ਅੱਜ ਦੇ ਦਿਨ ਅਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਮੈਂ ਤੈਨੂੰ ਠੰਡਾ ਤੇ ਮਿੱਠਾ ਪਾਣੀ ਇਸ ਲਈ ਪਲਾਉਣਾ ਹੈ ਠੰਡਾ ਇਸ ਲਈ ਪਲਾਉਣਾ ਹੈ ਕਿਉਂਕਿ ਜਦੋਂ ਸੂਰਜ ਵੀ ਤਪਿਆ ਹੋਇਆ ਸੀ ਧਰਤੀ ਵੀ ਤਪੀ ਰਹੀ ਸੀ ਲੱਕਣਾ ਵੀ ਤਪੀਆਂ ਸੀ ਸਭ ਕੁਝ ਤਪਿਆ ਹੋਇਆ ਸੀ ਪਰ ਉਹਨਾਂ ਵਿੱਚ ਮੇਰਾ ਗੁਰੂ ਅਰਜਨ ਪਾਤਸ਼ਾਹ ਠੰਡਾ ਬੈਠਾ ਸੀ ਠੰਡਾ ਪਾਣੀ ਦੁਨੀਆਂ ਨੂੰ ਇਹ ਸਨੇਹਾ ਦਿੰਦਾ ਇਹ ਕਰ ਅੱਗ ਲਾਉਂਦਾ ਨਹੀਂ ਹੈ ਇਹ ਅੱਗ ਲੱਗੀ ਹੋਈ ਨੂੰ ਬੁਝਾਉਂਦਾ ਹੈ ਦੂਜੀ ਗੱਲ ਮਿੱਠਾ ਇਹ ਇਸ ਲਈ ਬਣਾਇਆ ਹੈ ਕਿਉਂਕਿ ਮੇਰੇ ਗੁਰੂ ਨੇ ਇੱਕ ਬਚਨ ਆਖਿਆ ਸੀ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਗੱਲ ਮੈਂ ਅੱਗੇ ਤੋਰਾਂ ਇਸ ਬਰਾੜ ਨੇ ਆਪਣੀ ਸਰਕਾਰ ਦੇ ਨਾਲ ਇੱਕ ਵਾਅਦਾ ਕੀਤਾ ਸੀ ਮੈਨੂੰ ਸਾਰੇ ਆਪਰੇਸ਼ਨ ਲਈ 2 ਘੰਟੇ ਚਾਹੀਦੇ ਨੇ 2 ਘੰਟਿਆਂ ਦੇ ਵਿੱਚ ਮੈਂ ਸਾਰੇ ਸਿੱਖਾਂ ਦਾ ਖਾਤਮਾ ਕਰ ਦਿਆਂਗਾ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਨੇ ਤੇ ਅਗਲੇ 2 ਘੰਟੇ ਚਾਹੀਦੇ ਨੇ ਮੈਨੂੰ ਦਰਬਾਰ ਸਾਹਿਬ ਨੂੰ ਸਮਾਧਨ ਲਈ ਉਹਦੇ ਵਿੱਚੋਂ ਜਿੱਥੇ ਕਿਤੇ ਦਾਗ ਪੈਣਗੇ ਉਹ ਦਾਗ ਮਿਟਾ ਕੇ ਸਭ ਕੁਝ ਖਤਮ ਕਰਕੇ ਮੈਂ ਉਵੇਂ ਦਾ ਉਵੇਂ ਦਰਬਾਰ ਸਾਹਿਬ ਬਣਾ ਦੇਵਾਂਗਾ ਤੇ ਮੈਂ ਇਹ ਸਾਰੇ ਕੰਮ ਲਈ ਮੈਨੂੰ 4 ਘੰਟੇ ਚਾਹੀਦੇ ਨੇ ਉਹਨਾਂ 4 ਘੰਟੇ ਮੰਗੇ ਸਨ ਸਿਰਫ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਇੱਥੇ ਸਿਰ ਲੱਥ ਜੋਦੇ ਰਹਿੰਦੇ ਨੇ ਜਦੋਂ ਉਹਨੇ ਸਾਰਾ ਕੁਝ ਸ਼ੁਰੂ ਕੀਤਾ ਇਹਦੇ ਨਾਲ ਜਨਰਲ ਵੈਦਿਆ ਵੀ ਉਹਦਾ ਸਾਥੀ ਹੈ ਮੈਂ ਬੇਨਤੀ ਕਰਾਂ ਆਖਰੋਂ ਨੇ ਸ਼ੁਰੂ ਕੀਤਾ ਜਦੋਂ ਆਪਣੇ ਚਾਰ ਪਾਸਿਆਂ ਤੋਂ ਨੇ ਫੌਜ ਬਾੜਨੀ ਸ਼ੁਰੂ ਕੀਤੀ ਚਾਰੇ ਆਪਣੇ ਦਰਵਾਜ਼ਿਆਂ ਦੇ ਰਾਹੀਂ ਜਦੋਂ ਪਹਿਲੇ ਦਰਵਾਜ਼ੇ ਰਾਹੀਂ ਪੌੜੀਆਂ ਉਤਰ ਕੇ ਦੇ ਫੌਜ ਅੰਦਰ ਚੱਲੀ ਐ 100 ਬੰਦਾ ਪਹਿਲੀ ਵਾਰੀ ਅੰਦਰ ਧਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪਤਾ ਵੀ ਨਾ ਲੱਗ ਸਕਿਆ ਵੀ 100 ਦਾ 100 ਧਰਤੀ ਤੇ ਕਿਵੇਂ ਵਿਸ ਗਿਆ ਆਖਰ ਨੂੰ ਰੁਕਣਾ ਪਿਆ ਵੀ ਹੋਰ ਅੰਦਰ ਨਾ ਜਾਏ ਉਹ ਕੋਈ ਸਾਨੂੰ ਇਹੋ ਨਹੀਂ ਪਤਾ ਲੱਗ ਲਿਆ ਵੀ ਗੋਲੀ ਆ ਕਿੱਧਰੋਂ ਰਹੀ ਐ ਇਹ ਕਿੱਡੀ ਕੋ ਤਾਕਤ ਹੋਵੇਗੀ ਇਸ ਗੋਲੀ ਵਿੱਚ ਸਾਡੇ ਕਮਾਂਡੋ ਵੀ ਇੱਥੇ ਫੇਰ ਹੋ ਗਏ ਪਹਿਲਾ 100 ਬੰਦਾ ਉਹਨਾਂ ਨੇ ਇੱਕੋ ਵਾਰੀ ਵਿਚ ਰਗੜ ਕੇ ਰੱਖ ਦਿੱਤਾ ਉਹ ਮੂੰਹ ਦੇ ਮੂੰਹ ਪੈ ਗਏ ਤੇ ਆਖਰ ਉਹਨਾਂ ਨੂੰ ਰੋਕਣਾ ਪਿਆ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਦੂਜੇ ਪਾਸਿਆਂ ਤੋਂ ਆਪਣੀ ਫੌਜ ਨੂੰ ਅੰਦਰ ਵਾੜਨ ਦੀ ਪਰ ਗੁਰੂ ਕਸ਼ਿਖਾਂ ਨੇ ਹਰ ਤਰੀਕੇ ਕੋਸ਼ਿਸ਼ ਕੀਤੀ ਆਖਰ ਹੀ ਨੇ ਇੱਕ ਗੋਲਾ ਦਾਗਿਆ ਪਾਣੀ ਦੀ ਟੈਂਕੀ ਦੇ ਉੱਤੇ ਜਿਹਦੇ ਕਾਰਨ ਕਰਕੇ ਦਰਬਾਰਸ਼ਹਿਬ ਦੇ ਵਿੱਚ ਬਹੁਤ ਪਾਣੀ ਵੀ ਖਿੱਲਰ ਗਿਆ ਅਤੇ ਨਾਲ ਅੰਦਰ ਜਿਹੜੀ ਪਾਣੀ ਦੀ ਸਪਲਾਈ ਸੀ ਉਹ ਬੰਦ ਹੋ ਗਈ ਬਿਜਲੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਨਾਲ ਇਹਨਾਂ ਨੇ ਇੱਕ ਉਪਰਾਧਾ ਕੀਤਾ ਇੱਕ ਮਸ਼ੀਨ ਲੈ ਕੇ ਜਿੱਤੇ ਅੱਜ ਧੰਗੁਰ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਲੰਗਰ ਨੇ ਉਹਨਾਂ ਵਾਲੇ ਪਾਸੇ ਤੋਂ ਤੇਜਤ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਤੋਂ ਹੁਣ ਮੁਸ਼ਕਲ ਏ ਵੀ ਸਿੱਖ ਨੂੰ ਉਨੀ ਦਰਬਾਰ ਸਾਹਿਬ ਦੀ ਨੌਲੇਜ ਨਹੀਂ ਜਿਨੀ ਹੇਮਕੁਲ ਸਾਹਿਬ ਦੀ ਏ ਮੈਂ ਹਰ ਵਾਰੀ ਕਹਿ ਕੇ ਜਾਂਦਾ ਹਾਂ ਤੁਹਾਨੂੰ ਬਾਹਰਤ ਜਾਣ ਵਾਲਿਓ ਇੱਕ ਗੱਲ ਚੇਤਾ ਰੱਖਿਆ ਕਰੋ ਤੁਸੀਂ ਹਰਮੰਦਰ ਸਾਹਿਬ ਜ਼ਰੂਰ ਜਾਇਆ ਕਰੋ ਇੱਕ ਬੇਨਤੀ ਕਰਦੀ ਆ ਇਤਿਹਾਸ ਨੂੰ ਧਿਆਨ ਨਾਲ ਪੜ੍ਹ ਕੇ ਦੇਖਿਓ ਜੀ ਹਰਮੰਦਰ ਸਾਹਿਬ ਤੋਂ ਪਹਿਲਾਂ ਸਤਗੁਰੂ ਨੇ ਕੋਈ ਗੁਰਦੁਆਰਾ ਸਾਹਿਬ ਨਹੀਂ ਸੀ ਬਣਾਇਆ ਬਹੁਤ ਤਵੱਜੋ ਦੇ ਕੇ ਸੁਣਿਓ ਗੱਲ ਨੂੰ ਹਰਮੰਦਰ ਸਾਹਿਬ ਤੋਂ ਪਹਿਲਾਂ ਸਾਡੇ ਕੋਲ ਇੱਕ ਵੀ ਗੁਰਦੁਆਰਾ ਸਾਹਿਬ ਨਹੀਂ ਹੈ ਜਿਹੜੇ ਉਹ ਸਥਾਨ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ਗਿਆ ਉਹ ਗੁਰੂ ਦੇ ਨਿਵਾਸ ਸਥਾਨ ਸਨ ਨਿਵਾਸ ਸਥਾਨਾਂ ਨੂੰ ਮਗਰੋਂ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ਗਿਆ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਉਹ ਪਹਿਲਾ ਹਰਿਮੰਦਰ ਸਾਹਿਬ ਹੀ ਬਣਾਇਆ ਗਿਆ ਕਿਉਂਕਿ ਉੱਥੇ ਸਰੀਰਕ ਤੌਰ ਤੇ ਕਿਸੇ ਗੁਰੂ ਦਾ ਨਾਮ ਪ੍ਰਕਾਸ਼ ਹੋਇਆ ਨਾ ਉੱਥੇ ਜੋਤੀ ਜੋਤ ਸਮਾਇਆ ਬਾਕੀ ਜਿਹੜੇ ਅਸਥਾਨ ਸਨ ਉਹ ਸਾਰੇ ਸਰੀਰਕ ਤੌਰ ਤੇ ਸੰਬੰਧਿਤ ਅਸਥਾਨ ਸਨ ਪਹਿਲਾ ਸਥਾਨ ਬਣਾਇਆ ਜਿਹਨੂੰ ਗੁਰੂ ਨੇ ਇੱਕ ਬਚਨ ਵੀ ਆਖਿਆ ਸੀ ਡਿੱਠੇ ਸਵੇ ਥਾਮ ਨਹੀਂ ਤੁਦ ਜਿਹਾ ਬਦੋ ਪੁਰਖ ਵਿਧਾਤੇ ਤੰਤੂ ਸੋਇਆ ਪਾਵੇਂ ਦੇ ਅਰਥ ਗੁਰਬਾਣੀ ਦੇ ਤੌਰ ਤੇ ਹੋਰ ਵੀ ਨੇ ਪਰ ਲੇਕਿਨ ਮੈਂ ਜਿਹੜੀ ਬੇਨਤੀ ਕਰਨ ਲੱਗਾ ਸਾਂ ਜੰਦੂ ਦੇ ਉਸ ਗੁਰੂ ਅਰਜਨ ਪਾਤਸ਼ਾਹ ਦੇ ਸਥਾਨ ਦੇ ਉੱਤੇ ਤੇਜਤ ਸਿੰਘ ਸਮੁੰਦਰੀ ਹਾਲ ਵਾਲੇ ਪਾਸਿਓਂ ਗੁਰੂ ਰਾਮਦਾਸ ਜੀ ਦੇ ਲੰਗਰ ਵਾਲੇ ਪਾਸਿਓਂ ਇਧਰੋਂ ਇੱਕ ਉਪਰੇਲਾ ਕੀਤਾ ਗਿਆ ਉਹਨਾਂ ਨੇ ਬਾੜ ਤੋੜ ਕੇ ਇੱਥੋਂ ਦੀ ਟੈਂਕ ਬਾੜੇ ਆਗਿਆ ਲਈ ਵੀ ਤੁਸੀਂ ਸਾਨੂੰ ਟੈਂਕ ਬਾੜਨ ਦੀ ਆਗਿਆ ਦੇਓ ਕਿਉਂਕਿ ਉੱਤੇ 4 ਹੈਲੀਕਾਪਟਰ ਫਿਰਦੇ ਸਨ ਚਾਰੇ ਹੈਲੀਕਾਪਟਰਾਂ ਦੇ ਰਾਹੀਂ ਉਹਨਾਂ ਕਮਾਂਡੋ ਥੱਲੇ ਤਾਰਨੇ ਸਨ ਇਸ ਗੱਲ ਲਈ ਅਮਰੀਕ ਸਿੰਘ ਨੇ ਸ਼ਹੀਦ ਅਮਰੀਕ ਸਿੰਘ ਹੋਰਾਂ ਨੇ ਕਈ ਵਾਰੀ ਫੇਰ ਕਰਕੇ ਉੱਤਰ ਦੇ ਕਮਾਂਡੋਆਂ ਨੂੰ ਸਾਹਮਣੇ ਆਸੀ ਇਹ ਵੀ ਗੱਲ ਇਤਿਹਾਸ ਵਿੱਚ ਜ਼ਿਕਰ ਹੈ ਤੇ ਆਖਰਕਾਰ ਉਹ ਉੱਤੋਂ ਕਮਾਂਡੋ ਨਾ ਤਾਰ ਸਕੇ ਜਿਹਦਾ ਕਾਰਨ ਕੀ ਬਣਿਆ ਉਹਨੇ ਆਗਿਆ ਮੰਗੀ ਵੀ ਸਾਨੂੰ ਟੈਂਕ ਦੇ ਕੇ ਇਧਰ ਦੇ ਪਾਸੇ ਜਾਣਦੇ ਹੋ ਤੇ ਟੈਂਕ ਦੀ ਆਗਿਆ ਉਸੇ ਵੇਲੇ ਇੰਦਰਾ ਗਾਂਧੀ ਤੱਕ ਨਹੀਂ ਲਈ ਗਈ ਤੇ ਜਦੋਂ ਅੰਦਰ ਟੈਂਕ ਬਾੜੇ ਇਹਨੂੰ ਹੁਣ ਸ਼ਰਦਾ ਨਾਲ ਸੁਣਿਆ ਜਿਵੇਂ ਬੇਨਤੀ ਕਰਾਂ ਉਹ ਟੈਂਕ ਅੰਦਰ ਗਿਆ ਪਰ ਜਿੱਥੇ ਬਾਬਾ ਦੀਪ ਸਿੰਘ ਦਾ ਸਥਾਨ ਹੈ ਨਾ ਸੀਸ ਉਹਨਾਂ ਦਾ ਅਰਪਣ ਕੀਤਾ ਹੋਇਆ ਉੱਥੇ ਜਦੋਂ ਉੱਥੋਂ ਦੀ ਟੈਂਕ ਲੰਘਣ ਲੱਗਿਆ ਤੇ ਉੱਥੇ ਟੈਂਕ ਉਹ ਖੁੱਬ ਗਿਆ ਉਸ ਤੋਂ ਅੱਗੇ ਨਹੀਂ ਜਾ ਸਕਿਆ ਮੇਰੀ ਆਪਣੇ ਮਨ ਦੀ ਵਿਚਾਰੇ ਕੋਈ ਇਤਿਹਾਸ ਵਿੱਚ ਨਹੀਂ ਹੈ ਹੋ ਸਕਦਾ ਬਾਬਾ ਦੀਪ ਸਿੰਘ ਦੀ ਵੀ ਉਸ ਵੇਲੇ ਆਤਮਾ ਨੇ ਬਤਨ ਆਖਿਆ ਹੋਵੇ ਉਹ ਜ਼ਾਲਮਾ ਕਦੇ ਇਹੋ ਜਿਹਾ ਸਥਾਨ ਹੈ ਇਥੋਂ ਤੱਕ ਜਾਲਮਾਂ ਦਾ ਸਿਰ ਵੱਢ ਕੇ ਬੀਕਾਨੇਰ ਦੀ ਧਰਤੀ ਤੇ ਪਛਾੜ ਦਿੰਨੇ ਆ ਤੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਸੀਸ ਲਾਉਣ ਵਾਸਤੇ ਆਪਣਾ ਸੀਸ ਬਾਹਰੋਂ ਵੀ ਵੱਢ ਕੇ ਇੱਥੇ ਅਰਪਣ ਕਰ ਦਿੰਨੇ ਆ ਇੱਥੇ ਦਰਬਾਰ ਸਾਹਿਬ ਦੀ ਵੀ ਅਦਬੀ ਕਰਨ ਵਾਸਤੇ ਅਨੇਕਾਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੂੰ ਇਥੋਂ ਦੀ ਟੈਂਕ ਕਿਵੇਂ ਲੈ ਕੇ ਜਾਏਗਾ ਉਹ ਟੈਂਕ ਉੱਤੇ ਖੁੱਭ ਗਿਆ ਆਖਰਕਾਰ ਉਹਨੇ ਸਾਥ ਨਾ ਦਿੱਤਾ ਤੇ ਇਹ ਅੰਦਰ ਚਲੇ ਗਏ 3 ਜੂਨ ਨੂੰ ਸਾਰੀ ਤਿਆਰੀ ਕਰਕੇ ਹੱਲਾ ਕੀਤਾ ਗਿਆ ਸੀ 4 ਜੂਨ ਨੂੰ ਸਵੇਰ ਵੇਲੇ 4 ਜੂਨ ਦੀ ਸਾਰੀ ਦੀ ਅਲੀ ਦੀ ਜੰਗ ਲੜੀ ਗਈ ਰਾਤ ਦੀ ਜੰਗ ਲੜੀ ਗਈ 5 ਜੂਨ ਨੂੰ ਵੀ ਐਵੇਂ ਸਾਰਾ ਕੁਝ ਹੁੰਦਾ ਰਿਹਾ 6 ਜੂਨ ਤੱਕ ਇੱਕ ਗੱਲ ਫੇਰ ਵਿੱਚੋਂ ਬੇਨਤੀ ਕਰਨਾ ਚਾਹੁੰਦਾ ਜਨਤ ਸੁਵੇਕ ਸਿੰਘ ਜਨਰਲ ਸੁਵੇਕ ਸਿੰਘ ਉਹਦੇ ਅੰਦਰ ਵੀ ਇੱਕ ਸਿੱਖੀ ਵਾਲਾ ਦਿਲ ਟੜਕਦਾ ਸੀ ਤੇ ਉਹਨੇ ਵੀ ਗੁਰੂ ਚਰਨਾ ਵਿੱਚ ਆਪਣਾ ਆਪਾ ਸਮਰਪਿਤ ਕੀਤਾ ਹੋਇਆ ਸੀ ਸੰਜਨ ਸਿੰਘ ਜੀ ਹੋਰਾਂ ਦੇ ਨਾਲ ਜਿੰਨੇ ਵੀ ਉਹ ਸੇਵਕ ਸਨ ਸਿੱਖ ਸਨ ਉਹਨਾਂ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਹੋਈ ਸੀ ਉਹਨਾਂ ਨੇ ਜਿੱਥੇ-ਜਿੱਥੇ ਵੀ ਮੋਰਚਿਆਂ ਵਿੱਚ ਥਾਂ ਬਣੀ ਹੋਈ ਸੀ ਚੰਗੇ ਤਰੀਕੇ ਦੇ ਨਾਲ ਵਿਉਤਪੱਤੀ ਕੀਤੀ ਹੋਈ ਸੀ ਇਹ ਜਨਰ ਸਵੇਕ ਸਿੰਘ ਵੀ ਇੱਕ ਬੇਨਤੀ ਛੋਟੀ ਜੋਰ ਕਰਨਾ ਚਾਹੁੰਦਾ ਹੈ ਸਾਡਾ ਇਤਿਹਾਸ ਹੈ ਨਾ ਜਿਹੜਾ ਉਹਦੀ ਬਦਕਿਸਮਤੀ ਹੈ ਵੀ ਇੱਕ ਤਾਂ ਸਿੱਖ ਗੱਲ ਬਹੁਤ ਪੈਂਦੇ ਨੇ ਜਿਹੜਾ ਬੰਦਾ ਕਹਿਣਾ ਚਾਹੁੰਦਾ ਉਹਨੂੰ ਕਹਿਣ ਨਹੀਂ ਦਿੰਦੇ ਤੇ ਜਿਹੜੇ ਦੂਜੇ ਕਹਿੰਦੇ ਨੇ ਉਹ ਸੱਚ ਕਹਿੰਦੇ ਕੋਈ ਨਹੀਂ ਇਹ ਗੱਲ ਚੇਤਾ ਰੱਖਿਓ ਜਿਹੜੀ ਬੇਇਨਤੀ ਕਰਨ ਲੱਗਾ ਸਾਂ ਅਸੀਂ ਦੋ ਸਿੱਖਾਂ ਦੇ ਨਾਲ ਬੇਸ਼ਤ ਬਹੁਤ ਸਿੱਖਾਂ ਨਾਲ ਬੇਇਨਸਾਫੀ ਕੀਤੀ ਹੈ ਅਸੀਂ ਖੁਦ ਨਹੀਂ ਪਰ ਦੋ ਸਿੱਖਾਂ ਲਈ ਤਾਂ ਖਾਸ ਕਰਕੇ ਬੇਇਨਸਾਫੀ ਕੀਤੀ ਹੈ ਮੇਰੀ ਗੱਲ ਨੂੰ ਬੁਰਾ ਨਾ ਜਿਮਨਾਇਓ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜੀ ਕੌਮ ਸਿੱਖ ਵੀ ਰਹੀ ਹੈ ਨਾ ਉਹ ਵੀ ਅਸੀਸਾਂ ਦਿੰਦੀ ਹੈ ਉਹ ਵੀ ਉਹਦੇ ਚਰਨਾਂ ਦੀ ਧੂੜ ਮਸਟਕ ਤੇ ਲਾਉਂਦੀ ਕਿਉਂਕਿ ਜ਼ਗੀਰਦਾਰੀ ਸਿਸਟਮ ਬਾਬਾ ਬੰਦਾ ਸਿੰਘ ਬਹਾਦਰ ਨੇ ਤੋੜਿਆ ਸੀ ਅਗਰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ ਕਦੇ ਵਕਤ ਮਿਲਿਆ ਫਿਰਸੇ ਹੀ ਲੇਕਿਨ ਉਸੇ ਦੀ ਸ਼ਹੀਦੀ ਨੂੰ ਅਸੀਂ ਰੋੜ ਕੇ ਰੱਖ ਦਿੱਤਾ ਇਹ ਗੱਲ ਕਰ ਦਿੱਤੀ ਪ੍ਰਗਟ ਕਰ ਦਿੱਤੀ ਵੀ ਉਹ ਗੁਰੂ ਕਹਾਉਣ ਲੱਗ ਪਿਆ ਸੀ ਤਾਂ ਛੇੜ ਹੋਇਆ ਹੈ ਉਨੇ ਵਿਆਹ ਕਰਵਾ ਲਈ ਅੱਸੀ ਹਲਾ ਕੇ ਨੌ ਗੁਰੂਆਂ ਨੇ ਵਿਆਹ ਕਰਵਾਏ ਨੇ ਹੈਰਾਨੀ ਦੀ ਗੱਲ ਹੈ ਨੌ ਗੁਰੂਆਂ ਨੇ ਵਿਆਹ ਕਰਵਾਏ ਨੇ ਉਹਨਾਂ ਨੂੰ ਤਾਂ ਕਦੇ ਇਹ ਉਹਦੀ ਵਿਚਾਰ ਉਹਨਾਂ ਨੇ ਕਦੇ ਪ੍ਰਗਟ ਨਹੀਂ ਕੀਤੀ ਲੇਕਿਨ ਬਾਬਾ ਬੰਦਤ ਸਿੰਘ ਬਹਾਦਰ ਦੇ ਉੱਤੇ ਦੋਸ਼ ਲਾਤਾ ਵੀ ਇਹਨੇ ਵਿਆਹ ਕਰਵਾ ਲਿਆ ਸੀ ਇਹਦੇ ਕਰਕੇ ਇਹਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ ਇਹਦੇ ਇਹਦੇ ਜਮੂਹਾਂ ਨਾਲ ਮਾਸ ਕੱਟਣਾ ਪਿਆ ਹੈਰਾਨੀ ਦੀ ਗੱਲ ਹੈ ਉਸ ਗੁਰੂ ਕੇ ਸਿੱਖ ਦੀ ਸ਼ਹਾਦਤ ਨੂੰ ਵੀ ਅੱਸੀ ਰੋਲ ਕੇ ਰੱਖ ਦਿੱਤਾ ਸ਼ੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸ਼ਹਾਦਤ ਨੂੰ ਵੀ ਅਸੀਂ ਖੁਦ ਨੇ ਰੋਲ ਕੇ ਰੱਖ ਦਿੱਤਾ ਕਿਸੇ ਬਗਾਨੀਆਂ ਤਾਂ ਰੋਲਣਾ ਸੀ ਕੋਈ ਇਤਰਾਜ਼ ਨਹੀਂ ਸੀ ਉਹਨਾਂ ਨੇ ਤਾਂ ਦੇਖਣਾ ਹੀ ਹੋ ਸਕ ਨਾਲ ਸੀ ਪਰ ਸਿੱਖੀ ਨੇ ਵੀ ਉਹ ਦਿਨਾਂ ਘੱਟ ਨਹੀਂ ਜੇ ਕੀਤੀ ਉਹਦੀ ਸ਼ਹਾਦਤ ਨੂੰ ਰੋਲ ਕੇ ਰੱਖ ਦਿੱਤਾ ਉਹਦੀ ਸ਼ਹਾਦਤ ਅੱਜ ਅਗਰ ਸੱਚ ਵਿੱਚ ਉਦੋਂ ਕੌਮ ਨੂੰ ਪਤਾ ਹੁੰਦਾ ਵੀ ਇਹ ਸੂਰਮਾ ਸ਼ੀਰ ਹੋ ਗਿਆ ਹੈ ਸ਼ਾਇਦ ਉਹਨੂੰ ਕੋਈ ਸਟੋਨ ਬਣਾ ਕੇ ਸ਼ਾਇਦ ਉਹਨੂੰ ਕੋਈ ਬੁਨਿਆਦੀ ਪੱਥਰ ਬਣਾ ਕੇ ਕੌਮ ਦੀ ਉਸਾਰੀ ਨਵੇਂ ਤਰੀਕੇ ਨਾਲ ਹੋ ਸਕਦੀ ਪਰ ਅਸੀਂ ਕਿਸੇ ਆਸਤੇ ਬੈਠੇ ਰਹ ਗਏ ਜਿਹੜੀ ਬੇਨਤੀ ਕਰਨਾ ਚਾਹੁੰਦਾ ਅਸਾਂ ਉਹਦੀ ਵੀ ਸ਼ਹਾਦਤ ਨੂੰ ਰੋੜਿਆ ਗਿਆ ਆਖਰਕਾਰ 6 ਤਰੀਕ ਨੂੰ ਇਹ ਬਣਿਆ ਜਾਂਦਾ ਇਤਿਹਾਸੇ ਗੱਲ ਆਖਦਾ ਹੈ ਕਹਿਣ ਲੱਗੇ ਉਦੋਂ ਸੰਤ ਜਰਨੈਲ ਸਿੰਘ ਦੀ ਹੋਰੀ ਤੇ ਭਾਈ ਅਮਰੀਕ ਸਿੰਘ ਦੀ ਹੋਰੀ ਇੱਥੋਂ ਤੱਕ ਜ਼ਿਕਰ ਹੈ ਇੱਕ ਦਲਬੀਰ ਸਿੰਘ ਪੰਜਾਬੀ ਟ੍ਰਿਬਿਊਨ ਦਾ ਪੱਤਰਕਾਰ ਹੋਇਆ ਉਹਨੇ ਬੜੇ ਨੇੜੇ ਉਹ ਕਿਸ ਸੰਤਾ ਦੀ ਗੱਲ ਲਿਖੀ ਆ ਉਹਨੇ ਬਚਨ ਲਿਖਿਆ ਕਹਿਣ ਲੱਗੇ ਉਦੋਂ ਜਨਰਲ ਸੁਬੇਖ ਸਿੰਘ ਦੇ ਜਿਹੜੇ ਗੁੱਟ ਸਨ ਨਾ ਉਹਨਾਂ ਦੋਨਾਂ ਗੁੱਟਾਂ ਦੇ ਉੱਤੇ ਰੱਸਿਆਂ ਦੇ ਘਾਸੇ ਪਏ ਹੋਏ ਸਨ ਇੱਥੇ ਮਾਸ ਉਧੜਿਆ ਹੋਇਆ ਸੀ ਇਹਦਾ ਮਤਲਬ ਇਹ ਆ ਵੀ ਜਨਰਲ ਸੁਮੇਖ ਸਿੰਘ ਫੱਟਣ ਜ਼ਰੂਰ ਹੋਇਓ ਬਣ ਕੇ ਤੇ ਉਹ ਜ਼ਖਮੀ ਜ਼ਰੂਰ ਹੋਇਓ ਬਣ ਕੇ ਪਰ ਜ਼ਾਲਿਮਾਂ ਨੇ ਇਹਦੇ ਹੱਥ ਵਿੱਚ ਰੱਸੇ ਪਾ ਕੇ ਨੂੰ ਕਸੀਟ ਕਸੀਡ ਕੇ ਸ਼ਹੀਦ ਕੀਤਾ ਹੋਵੇਗਾ ਨਮਸ਼ਕਾਰ ਹੋਏ ਅੱਜ ਸਿੱਖੀ ਦੇ ਆਦਰਦ ਰੱਖਣ ਵਾਲਿਆ ਜਨਰਲ ਤੂੰ ਆਪਣਾ ਆਪਾ ਕੌਮ ਲਈ ਵਰਗਿਆ ਤੂੰ ਕਸੀਟਿਆ ਵੀ ਗਿਆ ਹੋਵੇਗਾ ਤੂੰ ਆਪਣੀ ਜਾਨ ਵੀ ਬਰਹੀ ਹੋਵੇਗੀ ਪਰ ਸਿੱਖੀ ਦੇ ਸਿਰਕ ਨੂੰ ਤੂੰ ਦਾਗ ਨਹੀਂ ਲੱਗਣ ਦਿੱਤਾ ਆਖਰਕਾਰ ਇਹਨਾਂ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਮੈਂ 5 ਕਮਿੰਟ ਲੈ ਕੇ ਬਾਕੀ ਸਮਾਪਤੀ ਕਰਨ ਲੱਗਾ ਹਾਂ ਇਹ ਗੱਲ ਯਾਦ ਰੱਖਿਓ ਜੇ ਚਾਰ ਗੱਲਾਂ ਅੱਜ ਆਪਣੇ ਇਤਿਹਾਸ ਵਿੱਚ ਚੰਗੀ ਤਰ੍ਹਾਂ ਪੱਕੜ ਵਿੱਚ ਰੱਖੀਏ ਜੇ ਆਪਾਂ ਸਾਕਾ ਮਨਾ ਰਹੇ ਹਾਂ ਪਹਿਲੀ ਬੇਨਤੀ ਇਹ ਕਰਨੀ ਚਾਹਾਂਗਾ ਜੇ ਕਿਤੇ ਗੱਲ ਗਲਬਤ ਨਾ ਨਿਪਰੇ ਚੜਨੀ ਹੁੰਦੀ ਨਾ ਇਹਨਾਂ ਨੇ ਤੇ ਫਿਰ ਉਸ ਵੇਲੇ ਕੌਮ ਕੋਲ ਅਹਿਹ ਨਹੀਂ ਸੀ ਵੀ ਕੋਈ ਲੀਡਰ ਨਹੀਂ ਸੀ ਸਾਡਾ ਉੱਗਾ ਚਮਕਦਾ ਲੀਡਰ ਸੀ ਅਗਰ ਇਹ ਗੱਲ ਕਰਨੀ ਚਾਹੁੰਦੇ ਤੇ ਗੱਲ ਹੋ ਸਕਦੀ ਸੀ ਦੂਸਰੀ ਬੇਨਤੀ ਕਰਾਂ ਜੇ ਇਹਨਾਂ ਦਰਬਾਰ ਸਾਹਿਬ ਤੇ ਇਹ ਅਟੈਕ ਕਰਨਾ ਹੀ ਸੀ ਤਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦੇ ਪੂਰਵ ਤੋਂ ਪਹਿਲਾਂ ਜਾਂ ਬਾਅਦ ਵਿੱਚ ਵੀ ਕੀਤਾ ਜਾ ਸਕਦਾ ਸੀ ਕੇਵਲ ਉਹੀ ਦਿਨ ਕਿਉਂ ਚੁਣਿਆ ਗਿਆ ਤੀਸਰੀ ਬੇਨਤੀ ਇੱਕ ਇਕੱਲੇ ਦਰਬਾਰ ਸਾਹਿਬ 'ਚ ਕੁਝ ਐਸੇ ਸਿੰਘ ਬੈਠੇ ਹੋ ਸਕਦੇ ਨੇ ਲੇਕਿਨ ਬਾਕੀ 40 ਗੁਰੂ ਘਰਾਂ ਦੇ ਉੱਤੇ ਅਟੈਕ ਹੋਇਆ ਜੇ ਯਾਦ ਰੱਖਿਓ ਉਹਨਾਂ 40 'ਚ ਕੌਣ ਬੈਠਾ ਸੀ ਔਰ ਉੱਥੋਂ ਕੁਝ ਵੀ ਪਕੜਿਆ ਨਹੀਂ ਜਿਗਿਆ ਉੱਥੋਂ ਬਾਕੀ ਧਾਵਾਂ ਤੇ ਕੁਝ ਵੀ ਨਹੀਂ ਪਕੜਿਆ ਗਿਆ ਏਨਾ ਮਤਲਬ ਭਲਿਆ ਤੇਰੀ ਮਨਸ਼ਾ ਇਹ ਸੀ ਵੀ ਸਿੱਖੀ ਦੇ ਚਿਰਾਗ ਨੂੰ ਬੁਝਾਉਣਾ ਚਾਹੁੰਦਾ ਲੇਕਿਨ ਚੇਤਾ ਰੱਖੇ ਚਿਰਾਗ ਤਾਂ ਉਦੋਂ ਵੀ ਨਹੀਂ ਬੁਝਿਆ ਜਦੋਂ ਮੰਨੂ ਦਾਤਰੀ ਲੈ ਕੇ ਆ ਗਿਆ ਸੀ ਇਹ ਉਦੋਂ ਵੀ ਲਹਿਰਾਉਂਦੇ ਰਹੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਢਦਾ ਅਸੀਂ ਧੂਣ ਸੁਭਾਏ ਹੋਏ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਵਿੱਚੋ ਫਿਰ ਦੇਣ ਲੱਗਾ ਫਿਰ ਅੱਗੇ ਗੱਲ ਤੋਰੀਏ ਤਾਂ ਕਿ ਆਪਾਂ ਨੂੰ ਭਰੋਸਾ ਵੱਜ ਜਾਏ ਭਾਈ ਮਨੀਸ਼ ਸਿੰਘ ਹੋਰਾਂ ਦੇ ਪਰਿਵਾਰ ਵਿੱਚੋਂ ਇੱਕ ਮਾਨ ਸਿੰਘ ਹੋਏ ਨੇ ਭਾਈ ਦਾਨ ਸਿੰਘ ਤੇ ਭਾਈ ਮਾਨ ਸਿੰਘ 임ਾਨ ਸਿੰਘ ਉਹ ਸੀ ਇਹਦਾ ਨੋਂ ਨਿਸ਼ਾਨ ਚ ਪਿਆ ਹੋਇਆ ਸੀ ਇਹ ਨਿਸ਼ਾਨ ਸਾਹਿਬ ਅੱਗੇ ਲੈ ਕੇ ਚੱਲਦਾ ਸੀ 1704 ਦੀ ਗੱਥਾ ਐ ਮੈਂ ਬੇਨਤੀ ਕਰਾਂ ਅਨੰਦਪੁਰ ਸਾਹਿਬ ਦੀ ਜਦੋਂ ਭਾਈ ਮਾਨ ਸਿੰਘ ਹੋਰਾਂ ਨੂੰ ਬਚਨ ਆਖਿਆ ਜਰਮ ਨੇ ਵੀ ਤੂੰ ਇਹ ਨਿਸ਼ਾਨ ਨੀਮਾ ਕਰ ਉਹਨੇ ਆਖਿਆ ਨਿਸ਼ਾਨੀ ਮਾ ਨਹੀਂ ਹੋਣਾ ਇਹ ਗੁਰੂ ਕਲਗੀ ਧਰਦਾ ਨਿਸ਼ਾਨ ਹੈ ਕਹਿਣ ਲੱਗੇ ਤੇਰੇ ਹੱਥਾਂ ਨੂੰ ਵੱਟ ਦੇਾਂਗੇ ਉਹਨੇ ਆਖਿਆ ਮੈਂ ਲੱਤਾਂ ਨਾ ਪਕੜ ਲਾਂਗਾ ਕੰਨ ਅੱਗੇ ਭਰਿਆ ਕਿਹੜੇ ਭੁਲੇਖੇ ਵਿੱਚ ਆ ਤੇਰੀਆਂ ਲੱਤਾਂ ਵੱਢ ਦਿਆਂਗੇ ਕਹਿਣ ਲੱਗੇ ਮੈਂ ਮੂੰਹ ਨਾ ਪਕੜ ਲਾਂਗਾ ਉਹ ਕਹਿਣ ਲੱਗੇ ਕਿੰਡੀਆਂ ਇਆਣੀਆਂ ਗੱਲਾਂ ਕਰਨਾ ਅਸੀਂ ਤੇਰਾ ਗਾਲੀ ਵੱਢ ਦਿਆਂਗੇ ਸਾਰੀ ਗੱਲ ਖਤਮ ਹੋ ਜਾਏਗੀ ਫਿਰ ਨਿਸ਼ਾਨ ਨੂੰ ਕੌਣ ਸਾਂਭੇਗਾ ਉਹਨੇ ਬੱਤੇ ਨਾ ਆਖਿਆ ਸੀ ਕਹਿਣ ਲੱਗੇ ਜਿਹਦਾ ਨਿਸ਼ਾਨ ਹੈ ਫਿਰ ਉਹ ਜੋ ਸਾਂਭੇਗਾ ਔਰ ਇਤਿਹਾਸ ਵਿੱਚ ਗੱਲ ਹੋਈ ਮੈਂ ਬੇਨਤੀ ਕਰਾਂ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਇੱਕ ਕਿਤਾਬ ਲਿਖੀ ਹੈ ਗੁਰੂ ਕੇ ਸ਼ੇਰ ਕਿਤੇ ਭੁਲੇਖਾ ਨਾ ਹੋਵੇ ਕਿ ਜਦੋਂ ਅਸੀਂ ਇਤਿਹਾਸ ਨੂੰ ਬੋਲਦੇ ਹੈ ਕਈ ਵਾਰ ਸ਼ੰਕਾ ਹੋ ਜਾਂਦਾ ਹੈ ਸ਼ਰਮ ਆਪਣੇ ਕੋਲੋਂ ਹੀ ਕੁਝ ਨਾ ਕਹਿੰਦਾ ਹੋਵਾਂ ਵਕਤ ਮਿਲੇ ਜ਼ਰੂਰ ਪੜ੍ਹੇ ਹੋ ਜੇ ਉਹ ਜਦੋਂ ਭਾਈ ਮਾਨ ਸਿੰਘ ਹੋਰਾਂ ਨੇ ਉਹ ਨਿਸ਼ਾਨ ਲਿਆ ਤੇ ਜਦੋਂ ਉਹਨੂੰ ਜ਼ਖਮੀ ਕੀਤਾ ਗਿਆ ਥਾਂ ਥਾਂ ਤੋਂ ਜ਼ਖਮੀ ਕੀਤਾ ਗਿਆ ਆਖਰ ਜਦੋਂ ਨਿਸ਼ਾਨ ਸਾਹਿਬ ਡਿਗਣ ਲੱਗਾ ਉਹਨੇ ਆਵਾਜ਼ ਮਾਰੀ ਕਹਿਣ ਲੱਗੇ ਕਲਗੀ ਵਾਲਿਆ ਆਪਣੇ ਨਿਸ਼ਾਨ ਨੂੰ ਆਪ ਸੰਭੀ ਉਸੇ ਵੇਲੇ ਸਹਿਬਜਾਦਾ ਅਜੀਤ ਸਿੰਘ ਹੋਰਾਂ ਨੇ ਛਾਲ ਮਾਰ ਕੇ ਡਿਗਦੇ ਨਿਸ਼ਾਨ ਸਾਹਿਬ ਨੂੰ ਸੰਭਲਿਆ ਸੀ ਨਿਸ਼ਾਨ ਥੱਲੇ ਨਹੀਂ ਚਲ ਗਿਆ ਤੇ ਉਸ ਭਾਈ ਮਾਨ ਸਿੰਘ ਹੋਰਾਂ ਨੂੰ ਗੁਰੂ ਦੇ ਚਰਨਾਂ ਵਿੱਚ ਲੈ ਗਏ ਅੱਜ ਗੁਰੂ ਕਲਗੀ ਧਰਨੇ ਦਰਬਾਰ ਦੇ ਵਿੱਚ ਆਪਣੀ ਦਸਤਾਰ ਲਾਈ ਭਾਈ ਮਾਨ ਸਿੰਘ ਹੋਰਾਂ ਨੂੰ ਗਲਵਕੜੀ ਚਲਿਆ ਘੁੱਟ ਕੇ ਜੇ ਨਾਲ ਲਾਇਆ ਤੇ ਆਪਣੇ ਸਿਰ ਤੋਂ ਕੇਸ ਕੀ ਲਾ ਕੇ ਇੱਕ ਨੀਲੀ ਲੀਰ ਪਾੜ ਕੇ ਮਾਨ ਸਿੰਘ ਦੇ ਵੀ ਕੇਸਾਂ ਵਿੱਚ ਟੰਗੀ ਤੇ ਆਪਣੇ ਵੀ ਕੇਸਾਂ ਵਿੱਚ ਟੰਗੀ ਕਬਚਨ ਆਖਿਆ ਕਹਿਣ ਲੱਗੇ ਇਹ ਨਿਸ਼ਾਨਨੀ ਝੁੱਲਣ ਦੇਣਾ ਚਾਹੁੰਦੇ ਮੈਂ ਖਾਲਸੇ ਦੇ ਕੱਲੇ ਕੱਲੇ ਦੇ ਸਿਰ ਤੇ ਨਿਸ਼ਾਨ ਝੁਲਾ ਲਿਆਂਗਾ ਇਹਨਾਂ ਕੋਲ ਉਤਾਰਿਆ ਨਹੀਂ ਜੇ ਜਾਣਾ ਸਿਰਫ ਇਤਨੀ ਅਰਜ਼ ਕਰਨੀ ਚਾਹੁੰਦਾ ਉਸ ਵੇਲੇ ਕੁੱਝ ਇੱਕ ਸ਼ਰਧਾਲੂਆਂ ਨੂੰ ਅੰਦਰ ਵੀ ਬੰਦ ਕੀਤਾ ਗਿਆ ਕਮਰਾ ਨੰਬਰ 35 ਵਿੱਚ ਇਤਿਹਾਸ ਨੇ ਲਿਖਿਆ ਤੇ ਉੱਥੇ ਬਹੁਤ ਆਤ ਗੁਰੂ ਕਸ਼ਿਕ ਗਰਮੀ ਦੇ ਕਾਰਨ ਪਿਆਸ ਦੇ ਕਾਰਨ ਚੜ੍ਹਾਈ ਕਰ ਗਏ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ ਹਾਂ ਬਾਹਰ ਪ੍ਰਕਰਮਾਂ ਦੇ ਵਿੱਚ ਜਦੋਂ ਇਸ ਸ਼ਹਾਦਤ ਦਾ ਦੌਰ ਚੱਲਿਆ ਉਦੋਂ ਇੱਕ ਪਰਿਵਾਰਕ ਜੋੜਾ ਜਵਾਨੀ ਪੈਰੇ ਵਿੱਚ ਇੱਕ ਪਤਨੀ ਇੱਕ ਪਤੀ ਤੇ ਨਾਲ ਉਹਨਾਂ ਦਾ ਛੋਟਾ ਜਿਹਾ ਬੱਚਾ ਵੈਸ਼ੇ ਤਾਂ ਇੱਥੋਂ ਤੱਕ ਲਿਖਿਆ ਇੱਕ ਮਾਂ ਸ਼ਹੀਦ ਹੋ ਗਈ ਸੀ ਤੇ ਉਹਨਾਂ ਬੱਚਾ ਉਹਦੇ ਕੋਲ ਸੀ ਹਲੇ ਤੇ ਉਹ ਫੌਜੀ ਨੇ ਉਹ ਬੱਚਾ ਕੰਧ ਹੱਥ ਤੋਂ ਪਕੜਿਆ ਲੱਤ ਤੋਂ ਪਕੜਿਆ ਤੇ ਕੰਧ ਨਾਲ ਪਟਕਾ ਕੇ ਮਾਰਿਆ ਤੇ ਉਹ ਬੱਚੇ ਨੂੰ ਉੱਥੇ ਸ਼ਹੀਦ ਕਰ ਦਿੱਤਾ ਇੰਨੀ ਜ਼ੋਰ ਨਾਲ ਕੰਧ ਨਾਲ ਪਟਕਾ ਕੇ ਮਾਰਿਆ ਬੱਚਾ ਉੱਥੇ ਸ਼ਹੀਦ ਹੋ ਗਿਆ ਉਹਦੀ ਮਾਂ ਨਾਲ ਡਟਾਦਾ ਕਿ ਆ ਖਰਚੜੀ ਬੇਨਤੀ ਮੈਂ ਕਰਨਾ ਚਾਹੁੰਦਾ ਹਾਂ ਇੱਥੇ ਉਹ ਪਤੀ ਸ਼ਹੀਦ ਹੋ ਗਿਆ ਸ਼ੀਕਿੰ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨਹੀਂ ਉਹ ਪਤੀ ਸ਼ੀਲ ਹੋ ਗਿਆ ਜਦੋਂ ਪਤੀ ਸ਼ੀਲ ਹੋਇਆ ਤੇ ਉਸ ਬੀਬਾ ਦੀਆਂ ਧਾਹ ਨਿਕਲ ਗਈਆਂ ਇੱਕ ਅੰਦਰੋਂ ਇੱਕ ਬੇਨਤੀ ਕੀਤੀ ਧੰਗੁਰੂ ਰਾਮਦਾਸ ਸਾਹਿਬ ਸਕੇ ਪਾਤਸ਼ਾਹ आयशा तेरे ਘਰ ਤੇ ਖੁਸ਼ੀਆਂ ਲੈਣ ਵਾਸਤੇ ਪਰ ਆਪਣਾ ਪਤੀ ਤੇਰੇ ਲੈਕੇ ਨਾ ਚੱਲੀ ਐ ਇੱਕ ਕਿਰਪਾ ਕਰੀ ਜਿਹੜਾ ਪਤੀ ਮੇਰੇ ਤੋਂ ਵਿਛੜ ਗਿਆ ਨਾ ਉਹ ਤੇਰੇ ਦਰ ਤੋਂ ਵਿਛੜਿਆ ਨਾ ਰਹਿ ਸਕੇ ਤੇਰੇ ਦਰ ਤੇ ਪ੍ਰਵਾਨ ਹੋ ਜਾਏ ਮੈਂ ਆਪਣੇ ਪਤੀ ਦਾ ਇਹ ਵਿਛੋੜਾ ਝੱਲ ਲਾਂਗੀ ਸ਼ਹੀਦਾਂ ਦੀ ਦੁਨੀਆ ਵਿੱਚ ਚੱਲੇ ਆ ਕਿ ਉਹਨੇ ਆਪਣੇ ਸਿਰ ਤੋਂ ਦੁਪੱਟਾ ਲਾਇਆ ਛੋਟਾ ਜਿਹਾ ਲੀਰ ਪਾੜ ਕੇ ਆਪਣੇ ਸਿਰ ਨੂੰ ਢੱਕ ਲਿਆ ਬਾਕੀ ਆਪਣੇ ਪਤੀ ਦੀ ਨੰਗੀ লাশ ਪਈ ਦੇ ਉੱਤੇ ਆਪਣੀ ਚੁੰਨੀ ਦੇ ਨਾਲ ਉਹਦੇ ਤੇ ਕਫਨ ਪਾ ਦਿੱਤਾ ਛੋਟਾ ਜਿਹਾ ਬੱਚਾ ਉਹਦੇ ਕੋਲ ਹੈ ਮਨ ਵਿੱਚ ਹਜੇ ਗੱਲਾਂ ਹੀ ਕਰਦੀ ਹੈ ਪਤੀ ਦੇਵ ਮੈਂ ਤੇਰੇ ਇਸ ਬੱਚੇ ਉੱਤੇ ਤੇਰੀ ਨਿਸ਼ਾਨੀ ਦੇ ਆਸਰੇ ਆਪਣੀ ਜ਼ਿੰਦਗੀ ਕੱਟ ਲਾਂਗੀ ਜਦੋਂ ਹਜੇ ਵਿਚਾਰ ਕਰ ਹੀ ਰਹੀ ਆ ਉਦੋਂ ਕਾੜ ਕਰਦੀ ਇੱਕ ਗੋਲੀ ਆਈ ਤੇ ਉਸ ਬੱਚੇ ਦੇ ਸੀਨੇ ਵਿੱਚ ਬੱਤੀ ਬੱਚਾ ਵੀ ਸ਼ਹੀਰ ਹੋ ਗਿਆ ਆਪਣੇ ਪਤੀ ਦੇ ਨਾਲ ਆਪਣੀ ਚੁੰਨੀ ਦੇ ਥੱਲੇ ਜੇ ਤੇਰਾ ਪਤੀ ਸ਼ੀਰ ਹੋਇਆ ਪਿਆਸੀ ਉਹਦੇ ਥੱਲੇ ਆਪਣੇ ਪੁੱਤਰ ਨੂੰ ਵੀ ਲਟਾ ਦਿੱਤਾ ਕਹਿਣ ਲੱਗੀ ਦੋਵਾਂ ਨੂੰ ਤੇਰੇ ਚਰਨਾਂ ਵਿੱਚ ਸੁਆ ਚੱਲੀ ਹੈ ਇੱਕ ਨਹੀਂ ਇਹੋ ਜੀਆਂ ਅਣਗਿਣਤ ਸ਼ਹਾਦਤਾਂ ਹੋਈਆਂ ਆਓ ਪਿਆਰ ਵਾਲਿਓ ਮੈਂ ਇੱਕ ਗੱਲ ਦ੍ਰਿੜਤਾ ਨਾਲ ਕਹਿਣੀ ਚਾਹੁੰਨਾ ਹੈ ਦੂਜਿਆਂ ਨੇ ਤਾਂ ਇਸ ਪੱਖ ਦਾ ਫਾਇਦਾ ਲੈਣਾ ਹੀ ਲੈਣਾ ਸੀ ਲੇਕਿਨ ਮੈਂ ਦੁੱਖ ਦੇ ਨਾਲ ਕਹਿ ਸਕਦਾ ਬਹੁਤੇ ਸਿੱਖਾਂ ਨੇ ਵੀ ਇਨ੍ਹਾਂ ਸ਼ਹਾਦਤਾਂ ਦੇ ਉੱਤੇ ਆਪਣੇ ਸਵਾਰਥ ਦੀਆਂ ਰੋਟੀਆਂ ਸੇਕੀਆਂ ਨੇ ਬਹੁਤੇ ਲੋਕਾਂ ਨੇ ਇਨ੍ਹਾਂ ਸ਼ਹੀਦਾਂ ਦੇ ਨਾਂ ਦੇ ਉੱਤੇ ਬੜਾ ਪੈਸਾ ਇਕੱਠਾ ਕੀਤਾ ਬੜੇ ਸਵਾਰਥ ਦੀਆਂ ਰੋਟੀਆਂ ਸੇਕੀਆਂ ਬੜੀ ਰਾਜਨੀਤੀ ਕੀਤੀ ਬਹੁਤ ਕੁਝ ਕੀਤਾ ਲੇਕਿਨ ਬਦਕਿਸਮਤੀ ਹੈ ਸਿੱਖ ਸਮਝ ਹਜੇ ਵੀ ਨਹੀਂ ਸਕਿਆ ਇਹ ਗੱਲ ਸੋਚ ਕੇ ਤੁリエ ਪ੍ਰੋਫੈਸਰ ਪੂਰਨ ਸਿੰਘ ਦੇ ਕਥਨ ਮੁਤਾਬਕ ਦਰਬਾਰ ਸਾਹਿਬ ਦੀ ਇੱਕ ਇੱਕ ਸੱਲ ਦੇ ਥੱਲੇ ਕਿਸੇ ਸ਼ਹੀਦ ਦਾ ਦਿਲ ਟੜਕਦਾ ਉਸ ਸਜਣਾ ਉਸ ਦਰਬਾਰ ਸਾਹਿਬ ਨੂੰ ਆਪਣੀ ਜ਼ਿੰਦਗੀ ਚੋਂ ਨਾ ਭੁਲਾਈ ਉਸ ਸਿੱਖੀ ਦੀ ਅਣਖ ਗੈਰਤ ਨੂੰ ਆਪਣੀ ਜ਼ਿੰਦਗੀ ਚੋਂ ਨਾ ਭੁਲਾਈ ਜਿਹੜੇ ਅੱਜ ਵੀ ਗੁਰੂ ਨਾਲ ਜੁੜੇ ਰਹਿਣਗੇ ਫਿਰ ਉਹਨਾਂ ਦਾ ਜੀਵਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਜਿੰਨੀਆਂ ਵੀ ਭੁੱਲਾਂ ਨੇ ਉਹ ਸਾਰੀਆਂ ਮੇਰੀਆਂ ਨੇ ਜਿੰਨੀਆਂ ਵੀ ਚੰਗੀਆਂ ਗੱਲਾਂ ਨੇ ਉਹ ਮੇਰੇ ਸਤਿਗੁਰੂ ਦੀਆਂ ਨੇ ਮੇਰੀਆਂ ਭੁੱਲਾਂ ਉਤੇ ਆਪਣੀ ਬਖਸ਼ਿਸ਼ ਦਾ ਪਰਦਾ ਪਾ ਦੇਣਾ ਚੰਗੀਆਂ ਗੱਲਾਂ ਗੁਰੂ ਦੀਆਂ ਜਾਣ ਕੇ ਪੱਲੇ ਬੰਨ ਲੈਣਾ ਅਦਬ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋ ਨਿਹਾਲ ਸ੍ਰੀ ਅਕਾਲ